ਉਹ ਮੁੰਡਾ ਜਿਹੜਾ ਕਿਸੇ ਵੇਲੇ ਰੋਜ਼ੀ ਰੋਟੀ ਲਈ ਵਿਆਸ ਵਰਗੇ ਏਰੀਏ ਦੇ ਵਿੱਚ ਛੋਟੀ ਜਿਹੀ ਦੁਕਾਨ ਚਲਾਉਂਦਾ ਹੁੰਦਾ ਸੀ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਉਸਨੇ ਏਡੀ ਵੱਡੀ ਉਡਾਣ ਭਰੀ ਕਿ ਉਸਨੇ ਜਾ ਕੇ ਇਟਲੀ ਦੇ ਵਿੱਚ ਮੌਲ ਦਾ ਪੰਜਾਬ ਵਰਗੀ ਇੱਕ ਵਾਰਤਕ ਨੂੰ ਜਨਮ ਦਿੱਤਾ। ਉਹਨਾਂ ਲੋਕਾਂ ਦੇ ਕੋਲ ਗਿਆ, ਉਹਨਾਂ ਦੇ ਘਰਾਂ 'ਚ ਗਿਆ, ਉਹਨਾਂ ਦੇ ਹਾਸਿਆਂ 'ਚ ਸ਼ਾਮਿਲ ਹੋਇਆ, ਉਹਨਾਂ ਦੀਆਂ ਉਦਾਸੀਆਂ 'ਚ ਸ਼ਾਮਿਲ ਹੋਇਆ ਅਤੇ ਕਵਿਤਾ ਲਿਖਣ ਲੱਗ ਪਿਆ। ਉਹ ਕਵਿਤਾ ਪਹਿਲਾਂ ਵੀ ਲਿਖਦਾ ਸੀ, ਲੇਕਿਨ ਉੱਥੇ ਜਾ ਕੇ ਜੋ ਕਵਿਤਾ ਉਸਨੇ ਲਿਖੀ ਉਹ ਕਵਿਤਾ ਤ੍ਰੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਈ। ਉਹ ਸ਼ਾਇਰ ਜਿਹੜਾ ਵਿਆਸ ਤੋਂ ਤੁਰਦਾ ਹੋਇਆ ਕਿਤੇ ਵੀ ਬਿਨਾਂ ਥੱਕਿਆਂ ਬਿਨਾਂ ਅੱਕਿਆਂ ਪਹੁੰਚ ਜਾਂਦਾ ਹੈ, ਹਰ ਹੁੰਗਾਰੇ ਦੀ ਆਵਾਜ਼ ਬਣ ਜਾਂਦਾ ਹੈ, ਜਿਸ ਦੀ ਸ਼ੁਰੂਆਤ ਉਸਨੇ ਆਪਣੇ ਕਾਵਿਕ ਅੰਦਾਜ਼ ਦੀ ਸ਼ੁਰੂਆਤ ਤਿੱਤਲੀ ਅਤੇ ਕਾਲੀ ਹਵਾ ਤੋਂ ਕੀਤੀ। ਉਸ ਦੌਰ ਦੀਆਂ ਗੱਲਾਂ, ਉਸ ਵੇਲੇ ਦੀਆਂ ਗੱਲਾਂ ਜਦੋਂ ਪੰਜਾਬ ਦੇ ਵਿੱਚ ਸਾਹ ਧੁਆਖੇ ਹੋਏ ਸਨ, ਸਾਹਾਂ ਦੇ ਵਿੱਚੋਂ ਮਹਿਕ ਗਾਇਬ ਸੀ, ਸਿਰਫ ਧੂੰਆਂ ਉੱਠਦਾ ਸੀ। ਤਿੱਤਲੀ ਅਤੇ ਕਾਲੀ ਹਵਾ ਤੋਂ ਤੁਰਦਾ ਹੋਇਆ ਉਹ ਨੌਜਵਾਨ ਸ਼ਾਇਰ ਕੈਨਵਸ ਕੋਲ ਪਈ ਬੰਸਰੀ ਵਜਾਉਣ ਦੇ ਵਿੱਚ ਰੁਚਿਤ ਹੋ ਗਿਆ। ਬੜਾ ਲੰਬਾ ਸਮਾਂ ਉਹ ਇਸ ਕੈਨਵਸ ਦੇ ਨਾਲ ਰੁੱਝਿਆ ਰਿਹਾ ਅਤੇ ਲੇਕਿਨ ਉਹ ਕੈਨਵਸ ਨੂੰ ਇਹ ਸਮਝਾ ਨਾ ਸਕਿਆ ਕਿ ਮੈਂ ਅਜੇ ਹੋਣਾ ਹੈ। ਉਸਦੀਆਂ ਗੱਲਾਂ ਤੁਰਦੀਆਂ ਰਹੀਆਂ, ਉਸਦੇ ਸ਼ਬਦ ਹੁੰਗਾਰੇ ਬਣਦੇ ਰਹੇ, ਉਹ ਤ੍ਰੇਹ ਦੇ ਰੂਪ ਦੇ ਵਿੱਚ ਆਇਆ। ਉਸ ਕੋਲ ਸ਼ਬਦ ਸਨ, ਉਸ ਕੋਲ ਸੁਰਾਂ ਦੀ ਸਮਝ ਸੀ ਕਿ ਉਸਨੇ ਪਤਾ ਨਹੀਂ ਕਿੰਨੇ ਕੁ ਸੈਂਕੜੇ ਨਾਟਕਾਂ ਦੇ ਪਿੱਠਵਰਤੀ ਗਾਣੇ ਲਿਖੇ ਜਿਹੜੇ ਕਿ ਪੰਜਾਬ ਪੂਰੇ ਦੇਸ਼ ਅਤੇ ਵਿਦੇਸ਼ਾਂ ਤੱਕ ਉਸਦੇ ਗੀਤ ਸੀ ਜਿਹੜੇ ਉਹ ਗੁਣਗੁਣਾਉਂਦੇ ਰਹੇ। ਸਟੇਜ ਦੇ ਅਦਾਕਾਰ ਉਸਦੇ ਗਾਣਿਆਂ ਦੇ ਨਾਲ ਆਪਣੇ ਆਪ ਨੂੰ ਮੰਚ ਉੱਤੇ ਪੇਸ਼ ਕਰਦੇ ਰਹੇ। ਉਸਦੇ ਹੱਥ ਫਿਲਮਾਂ ਲੱਗੀਆਂ ਅਤੇ ਉਸਨੇ ਫਿਲਮਾਂ ਨੂੰ ਵੀ ਇੰਨੇ ਕੁ ਵਧੀਆ ਗੀਤ ਲਿਖ ਕੇ ਦਿੱਤੇ ਕਿ ਅੱਜ ਉਸ ਕੋਲ ਗੀਤਾਂ ਤੋਂ ਵਿਦਾ ਹੋਣ ਦੀ ਵੇਲ ਵੀ ਨਹੀਂ। ਦੋ ਬੋਲ ਇਹਨਾਂ ਨੂੰ ਪਿਆਰ ਕਰੋ ਵਰਗੀਆਂ ਫਿਲਮਾਂ ਜਿਹੜੀਆਂ ਕਿ ਸੰਸਾਰ ਪੱਧਰ ਦੇ ਉੱਤੇ ਚਰਚਿਤ ਹੋਈਆਂ ਅਤੇ ਉਸਦਾ ਨਾਮ ਇੱਕ ਸ਼ਾਇਰ ਦੇ ਨਾਲ ਨਾਲ ਇੱਕ ਗੀਤਕਾਰ ਦੇ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਆਇਆ। ਉਹ ਸ਼ਾਇਰ ਵਿਸ਼ਾਲ ਜਿਹੜਾ ਅੱਜ 20 ਗਾਣੇ ਲਿਖ ਰਿਹਾ ਹੈ, ਅੱਜ 20 ਕਵਿਤਾ ਲਿਖ ਰਿਹਾ ਹੈ, ਅੱਜ ਵੀ ਦੋਸਤਾਂ ਦੇ ਹੁੰਗਾਰੇ ਦੇ ਨਾਲ ਹੁੰਗਾਰਾ ਬਣ ਰਿਹਾ ਹੈ ਅਤੇ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਕਰਨ ਲੱਗੇ ਹਾਂ ਉਹ ਸ਼ਾਇਰ ਵਿਸ਼ਾਲ ਤੋਂ। ਵਿਸ਼ਾਲ ਨੂੰ ਮੈਂ ਇਹ ਕਹੂੰਗਾ ਕਿ ਇਸ ਰਵਾਇਤ ਨੂੰ ਜਿਸ ਤਰ੍ਹਾਂ ਅਸੀਂ ਇਹ ਰਵਾਇਤ ਨਿਭਾਉਣ ਲਈ ਇੱਥੇ ਆਏ ਸੀ ਉੱਥੋਂ ਹੀ ਸ਼ੁਰੂ ਕਰੇ ਕਿ ਪਹਿਲਾਂ ਆਪਣੀ ਇੱਕ ਪਿਆਰੀ ਜਿਹੀ ਕਵਿਤਾ ਬੋਲੇ, ਕਵਿਤਾ ਤੋਂ ਬਾਅਦ ਉਹ ਸਿਰਜਣ ਪ੍ਰਕਿਰਿਆ ਵੱਲ ਆਵੇ ਅਤੇ ਖੁੱਲ੍ਹ ਕੇ ਸਾਡੇ ਨਾਲ ਗੱਲਾਂ ਕਰੇ। ਵਿਸ਼ਾਲ ਦੀ ਸ਼ਾਇਰੀ ਤੋਂ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ। ਦਰਵੇਸ਼ ਜੀ ਬਹੁਤ ਬਹੁਤ ਧੰਨਵਾਦ। ਪਹਿਲਾਂ ਮੈਂ ਸਭ ਤੋਂ ਪਹਿਲਾਂ ਅਕਾਦਮੀ ਦੇ ਸਾਰੇ ਅਹੁਦੇਦਾਰਾਂ ਦਾ, ਮੈਡਮ ਸਰਬਜੀਤ ਸੋਲ ਦਾ ਅਤੇ ਸਾਰੀ ਅਕੈਡਮੀ ਦਾ ਧੰਨਵਾਦ ਕਰਦਾ ਕਿ ਇੰਨਾ ਜਦੋਂ ਤੋਂ ਮੈਂ ਪ੍ਰਵਾਸ ਤੋਂ ਵਾਪਸ ਆਇਆ 3-4 ਸਾਲ ਦੇ ਕਰੀਬ ਬੀਤ ਗਏ, ਇੰਨਾ ਵਧੀਆ ਫੰਕਸ਼ਨ, ਇੰਨਾ ਵਧੀਆ ਦੋਸਤ ਨੂੰ ਮਿਲਣ ਦਾ ਪਹਿਲੀ ਵਾਰੀ ਮੌਕਾ ਮਿਲਿਆ। ਮੈਂ ਨਜ਼ਮ ਤੁਹਾਡੇ ਨਾਲ ਸਾਂਝੀ ਕਰਦਾ ਅਤੇ ਨਾਲ ਸਿਰਜਣ ਪ੍ਰਕਿਰਿਆ ਦੀ ਵੀ ਗੱਲ ਹੁੰਦੀ ਰਹੂਗੀ, ਕੋਈ ਸਵਾਲ ਹੋਣਗੇ ਜਵਾਬ ਹੋਣਗੇ। ਨਜ਼ਮ ਹੈ ਉਖੜੀ ਸਮਾਧੀ ਦੀ ਯਾਤਰਾ।
ਉਖੜੀ ਸਮਾਧੀ ਦੀ ਯਾਤਰਾ। ਜਦੋਂ ਮੈਂ ਸਫ਼ਰ 'ਤੇ ਨਿਕਲਿਆ ਮੇਰੇ ਪੈਰਾਂ ਹੇਠ ਕੋਈ ਗਲੀ ਨਹੀਂ ਸੀ। ਜਦੋਂ ਮੈਂ ਸਫ਼ਰ 'ਤੇ ਨਿਕਲਿਆ ਮੇਰੇ ਪੈਰਾਂ ਹੇਠ ਕੋਈ ਗਲੀ ਨਹੀਂ ਸੀ, ਨਾ ਪਿੰਡ, ਨਾ ਕੋਈ ਦੇਸ਼, ਮਨ ਅੰਦਰ ਨਾ ਦਰਵਾਜ਼ਾ ਨਾ ਦੀਵਾਰ ਕੋਈ। ਬ੍ਰਹਿਮੰਡ ਦੀ ਧੁਨੀ ਦੀ ਪੀੜ ਮੇਰੀਆਂ ਆਂਦਰਾਂ 'ਚ, ਬ੍ਰਹਿਮੰਡ ਦੀ ਧੁਨੀ ਦੀ ਪੀੜ ਮੇਰੀਆਂ ਆਂਦਰਾਂ 'ਚ, ਮੱਥੇ ਅੰਦਰ ਪੱਥਰ ਅਤੇ ਸਮੁੰਦਰ ਦੀ ਖਮੋਸ਼ੀ, ਮੱਥੇ ਅੰਦਰ ਪੱਥਰ ਅਤੇ ਸਮੁੰਦਰ ਦੀ ਖਮੋਸ਼ੀ। ਨਾ ਕਿਸੇ ਨੇ ਅਲਵਿਦਾ ਕਹੀ ਅਤੇ ਨਾ ਹੀ ਕਿਹਾ ਪਰਤਣ ਲਈ, ਨਾ ਕਿਸੇ ਨੇ ਅਲਵਿਦਾ ਕਹੀ ਨਾ ਹੀ ਕਿਹਾ ਪਰਤਣ ਲਈ। ਮੱਚਦੇ ਅਤੇ ਅੱਥਰੇ ਘੋੜੇ 'ਤੇ ਸਵਾਰ, ਸਰਦਲ ਅਤੇ ਕੰਧਾਂ 'ਤੇ ਅੱਖਾਂ ਰੱਖ ਕੇ ਨਵਾਂ ਇਤਿਹਾਸ ਸਿਰਜਣ ਲਈ, ਆਪਣੇ ਸਾਰੇ ਦਸਤਾਵੇਜ਼ ਸਮੇਤ ਪੀਲੀ ਗੁਫਾ ਦੇ ਹਨੇਰੇ ਤੋਂ ਬਾਹਰ ਆ ਗਿਆ। ਕਈ ਘਰ ਦਰ ਮੇਰੇ ਮੱਥੇ ਨਾਲ ਨੱਥੀ, ਕਈ ਘਰ ਦਰ ਮੇਰੇ ਮੱਥੇ ਨਾਲ ਨੱਥੀ, ਪਰ ਮੇਰੀ ਨੇਮ ਪਲੇਟ ਕਿਤੇ ਨਾ ਲੱਗੀ, ਪਰ ਮੇਰੀ ਨੇਮ ਪਲੇਟ ਕਿਤੇ ਨਾ ਲੱਗੀ। ਕੋਈ ਪੱਕਾ ਸਰਨਾਵਾ ਨਾ ਬਣਿਆ, ਹਰ ਨਵੇਂ ਸਫ਼ਰ 'ਤੇ ਆਪਣੇ ਪੈਰਾਂ 'ਤੇ ਆਪ ਹੀ ਮਾਰਿਆ ਡੰਗ, ਹਰ ਨਵੇਂ ਸਫ਼ਰ 'ਤੇ ਆਪਣੇ ਪੈਰਾਂ 'ਤੇ ਆਪ ਹੀ ਮਾਰਿਆ ਡੰਗ। ਮੇਰੀ ਜਗਿਆਸਾ 'ਤੇ ਪੈਰਾਂ ਨੂੰ ਕਿਸੇ ਹੋਰ ਦੁਨੀਆਂ ਦੀ ਤਲਾਸ਼, ਮੇਰੀ ਸੋਚ ਧਰਤੀਆਂ ਸਮੁੰਦਰਾਂ ਤੋਂ ਪਾਰ, ਮੇਰੀ ਦੇਹ ਅੰਦਰ ਅਜੇ ਵੀ ਜਵਾਨ ਸੁਪਨਿਆਂ ਦੀ ਦਸਤਕ। ਨੀਂਦ ਜਾਗਦੀਆਂ ਰਾਤਾਂ ਦੇ ਸਰਹਾਣੇ ਬੈਠੀ, ਮੈਥੋਂ ਵੱਖਰਾ ਸੋਚੇ ਮੇਰੇ ਦਿਨ ਕਿਤੇ ਹੋਰ ਭਟਕਦੇ ਰਹੇ। ਮੇਰਾ ਜਾਗਦਾ ਸੰਸਾਰ ਮੈਨੂੰ ਪਾਰ ਦਿਸ਼ਾਵਾਂ ਤੋਂ ਵੀ ਪਾਰ ਲੈ ਗਿਆ, ਤਿਲਸਮੀ ਆਵਾਜ਼ਾਂ ਅਤੇ ਪਰਛਾਵਿਆਂ ਨੇ ਮੇਰਾ ਗੂੜ ਗਵਾ ਦਿੱਤਾ। ਆਪਣੇ ਆਪ ਨਾਲ ਵੀ ਮੈਥੋਂ ਬਣਿਆ ਨਾ ਕੋਈ ਰਿਸ਼ਤਾ, ਮੇਰੀਆਂ ਜੜ੍ਹਾਂ ਮੇਰੇ ਹਨੇਰਿਆਂ 'ਚ ਅਤੇ ਮੇਰੀ ਧੁੱਪ ਕੋਲੋਂ ਵੀ ਕੋਈ ਚਮਤਕਾਰ ਨਾ ਹੋਇਆ। ਗਿਰਜ਼ਾ ਘਰਾਂ 'ਚ ਜਗਦੀਆਂ ਮੋਮਬੱਤੀਆਂ ਮੇਰੀਆਂ ਅੱਖਾਂ 'ਚ ਬੁੱਝ ਗਈਆਂ, ਮੇਰੀ ਯਾਤਰਾ ਅਤੇ ਸਾਧਨਾ ਦੀ ਕੋਈ ਪਰਿਭਾਸ਼ਾ ਨਾ ਬਣ ਸਕੀ। ਮੇਰੀ ਮਿੱਟੀ ਅੰਦਰ ਕਿਸ਼ਤੀਆਂ ਦੇ ਪਾਣੀਆਂ ਦੇ ਡੂੰਘੇ ਜ਼ਖਮ, ਬੰਦਰਗਾਹ ਦੇ ਕਿਨਾਰੇ 'ਤੇ ਡੁੱਬ ਰਹੇ ਮਲਾਹ ਦੀ ਆਵਾਜ਼ ਮੇਰੇ ਲਹੂ ਦਾ ਦੁੱਖ। ਮੇਰੀ ਯਾਤਰਾ ਦਾ ਇਹ ਅੰਤ ਹੈ ਜਾਂ ਆਰੰਭ, ਮੇਰੀ ਯਾਤਰਾ ਦਾ ਇਹ ਅੰਤ ਹੈ ਜਾਂ ਆਰੰਭ ਕਿ ਮੇਰੀ ਉਖੜੀ ਸਮਾਧੀ ਇੱਕੋ ਵੇਲੇ ਨਾਚ ਘਰਾਂ ਅਤੇ ਸਿਕਲੀ ਘਰਾਂ ਦੇ ਅਜਾਇਬ ਘਰਾਂ ਨੂੰ ਲੱਭ ਰਹੀ ਹੈ, ਅਤੇ ਮੇਰੀਆਂ ਸਿਮ੍ਰਿਤੀਆਂ 'ਚ ਇੱਕੋ ਵੇਲੇ ਹੀ ਹੰਗਰੀ, ਯੂਨਾਨ, ਰੋਮ ਅਤੇ ਮੇਰਾ ਪਿੰਡ ਘੁੰਮਦਾ ਹੈ। ਇਹ ਜਿਹੜੀ ਨਜ਼ਮ ਮੈਂ ਮਤਲਬ ਉੱਥੇ ਬਾਹਰ ਜਾ ਕੇ ਲਿਖੀ, ਪਰ ਮੈਂ ਜਦੋਂ ਇਹਦੀ ਸਿਰਜਣ ਪ੍ਰਕਿਰਿਆ ਦੀ ਆਪਾਂ ਗੱਲ ਕਰਦੇ ਹਾਂ, ਕਿਸੇ ਵੀ ਕਵਿਤਾ ਦੀ, ਕਿਸੇ ਵੀ ਰਚਨਾ ਦੀ, ਮੈਂ ਸਮਝਦਾ ਉਹਦੇ ਬੀਜ ਕਿਤੇ ਬਹੁਤ ਪਿੱਛੇ ਪਏ ਹੁੰਦੇ ਆ, ਬਚਪਨ 'ਚ ਕਿਤੇ ਸਾਰਾ ਕੁਛ ਹੋਇਆ ਹੁੰਦਾ। ਮੈਨੂੰ ਯਾਦ ਆ ਵੀ ਜਿੱਦਾਂ ਇਹ ਨਜ਼ਮ ਮੈਂ 40 ਸਾਲ ਬਾਅਦ ਕਿਤੇ ਲਿਖੀ ਹੁੰਦੀ ਆ, ਕਿਤੇ ਬੀਜੀ ਉੱਥੇ ਹੀ ਪਹਿਲਾਂ ਹੀ ਗਈ ਸੀਗੀ। ਮੈਨੂੰ ਯਾਦ ਆ ਮੈਂ 4-5 ਸਾਲ ਦਾ ਸੀਗਾ, ਅਤੇ ਅਸੀਂ ਬਿਆਸ ਦੇ ਨੇੜੇ ਪਿੰਡ ਦੌਲੋ ਨੰਗਲ ਚਲੇ ਨੇ, ਅਤੇ ਮੈਨੂੰ ਨਾ ਦੁੱਧ ਲੈਣ ਘੱਲਦੇ ਹੁੰਦੇ ਸੀ ਘਰ ਦੇ ਇੱਕ ਘਰਾਂ 'ਚੋਂ, ਅਤੇ ਮਤਲਬ ਮੈਂ ਦੁੱਧ ਲੈਣ ਜਾ ਰਿਹਾ, ਅਤੇ ਨੇੜੇ 1.5-2 ਕਿਲੋਮੀਟਰ 'ਤੇ ਇੱਕ ਨੇੜੇ ਹੋਰ ਪਿੰਡ ਆ। ਮੈਂ ਮੇਰੇ ਹੱਥ ਵਿੱਚ ਖਾਲੀ ਡੋਲ ਅਤੇ ਦੁੱਧ ਲੈਣ ਮੈਂ ਜਾ ਰਿਹਾ, ਅਤੇ ਉਸ
ਪੰਜ ਛੇ ਸਾਲ ਦੀ ਉਮਰ 'ਚ ਪਤਾ ਨਹੀਂ ਕੀ ਸੋਚਦਾ ਪਿਆ ਸੀਗਾ, ਅਤੇ ਮੈਂ ਉਹ ਜਿੱਥੋਂ ਦੁੱਧ ਲੈਣਾ ਸੀ ਘਰ ਪਾਰ ਕਰਕੇ ਦੂਜੇ ਪਿੰਡ 'ਚ ਚਲ ਗਿਆ ਛੋਟਾ ਜਿਹਾ। ਅਤੇ ਫਿਰ ਮੈਂ ਵੇਖਿਆ ਕਿ ਮੈਂ ਕਿੱਧਰ ਆ ਗਿਆ ਨੰਗੇ ਪੈਰ ਮਤਲਬ, ਅਤੇ ਮੈਂ ਵਾਪਸ ਘਰ ਆਇਆ ਅਤੇ ਮੈਨੂੰ ਲੱਗਦਾ ਸੀਗਾ ਕਿ ਉਹ ਜਿਹੜਾ ਖਾਲੀ ਡੋਲ ਸੀਗਾ ਮੇਰੇ ਹੱਥ ਵਿੱਚ, ਮੈਂ ਉਹ ਹੀ ਲੈ ਕੇ ਖਾਲੀ ਡੋਲ ਇਟਲੀ ਚਲੇ ਗਿਆ, ਉਹ ਉੱਥੇ ਵੀ ਖਾਲੀ ਰਿਹਾ ਅਤੇ ਮੈਂ ਵਾਪਸ ਆਇਆ ਅਤੇ ਇੱਥੇ ਵੀ ਖਾਲੀ ਆ, ਅਤੇ ਉਹ ਖਾਲੀ ਡੋਲ ਲੈ ਕੇ ਮੈਂ ਮਤਲਬ ਅਜੇ ਵੀ ਤੁਰਿਆ ਫਿਰਦਾ ਰਿਹਾ। ਇਹ ਨਜ਼ਮ ਮੈਨੂੰ ਲੱਗਦਾ ਕਿ ਮਤਲਬ ਉਦੋਂ ਦੀ ਨਜ਼ਮ ਜਿਹਦੀ ਬੀਜੀ ਗਈ ਸੀ, ਜਿਹਦੇ ਬੀਜ ਜਿਹੜੇ ਜੋ ਮੇਰੇ ਜ਼ਿਹਨ ਬਚਪਨ 'ਚ, ਮੈਂ ਇੱਕ ਪਿੰਡ ਛੱਡ ਕੇ ਚਲ ਗਿਆ ਦੂਜੇ ਪਿੰਡ ਚਲ ਗਿਆ, ਮੈਂ ਫਿਰ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਚਲ ਗਿਆ, ਅਤੇ ਜਿਵੇਂ ਇਹ ਨਜ਼ਮ ਉਦੋਂ ਤੋਂ ਲੈ ਕੇ ਹੁਣ ਲਿਖੀ ਗਈ ਨਜ਼ਮ। ਹੋਰ ਫਿਰ ਉਹਨਾਂ ਜਦੋਂ ਮੇਰੀ ਜਿਵੇਂ ਕਿ ਦਰਵੇਸ਼ ਨੇ ਜ਼ਿਕਰ ਕੀਤਾ ਤਿਤਲੀ ਅਤੇ ਕਾਲੀ ਹਵਾ ਦਾ, ਉਦੋਂ ਮੈਂ ਜਦੋਂ 10ਵੀਂ ਪਾਸ ਕੀਤੀ ਅਤੇ ਨਾ ਪੜ੍ਹਨ ਦਾ ਸਾਡੇ ਜਿੱਦਾਂ ਖਾਨਦਾਨੀ ਰਵਾਇਤ ਵੀ, ਦੁਕਾਨਦਾਰ ਬੰਦੇ ਪਾਕਿਸਤਾਨ ਤੋਂ ਆਏ, ਉਹਨਾਂ ਨੇ ਦਿਹਾੜੀਆਂ ਕੀਤੀਆਂ, ਫਿਰ ਪਿੰਡਾਂ ਦੇ ਵਿੱਚ ਦੁਕਾਨਾਂ ਪਾ ਲਈਆਂ, ਅਤੇ ਮੈਂ ਜਦੋਂ ਮਤਲਬ ਇਵੇਂ ਕਰਕੇ ਸੋਚਣ ਲੱਗ ਪਿਆ, ਮੈਂ ਆਪਣੇ 10ਵੀਂ ਪਾਸ ਕੀਤੀ ਅਤੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਪੜ੍ਹਨਾ, ਉਹ ਕਹਿੰਦੇ ਪੜ੍ਹ ਤਾਂ ਲਿਆ ਤੂੰ ਹੋਰ ਕੀ ਪੜ੍ਹਨਾ, ਅਤੇ ਮੈਂ ਬੜੀ ਜਿੱਦ ਕੀਤੀ ਵੀ ਮਤਲਬ ਮੈਂ ਕਾਲਜ ਜਾਣਾ ਚਾਹੁੰਦਾ ਮੈਂ। ਅਤੇ ਫਿਰ ਕੀ ਹੋਇਆ ਕਿ ਮੈਨੂੰ, ਮੈਂ 2-3 ਦਿਨ ਲੜਿਆ ਪਰ ਮੈਨੂੰ ਕਾਲਜ ਨਹੀਂ ਜਾਣ ਦਿੱਤਾ ਅਤੇ ਦੁਕਾਨ 'ਤੇ ਬਿਠਾ ਦਿੱਤਾ ਵੀ, ਅਤੇ ਪਾ ਦਿੱਤੇ ਪਿੱਛੇ ਪੀਪੇ ਵੀ ਜਾ ਸੌਦਾ ਲਿਆ ਢੋ ਅਤੇ ਇੱਦਾਂ ਕਰ। ਉਦੋਂ ਮੈਂ ਰਹੀਏ 8-9 ਕਿਲੋਮੀਟਰ ਸਾਈਕਲ 'ਤੇ ਜਾਂਦਾ ਹੁੰਦਾ ਸੀ ਅਤੇ ਉੱਥੇ ਕੁਛ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨ ਮੈਂ ਲੈਣੇ ਅਤੇ ਉਹ ਮੈਂ ਪੜ੍ਹਨੇ ਸ਼ੁਰੂ ਕਰ ਦਿੱਤੇ। ਉਹਨਾਂ 'ਚੋਂ ਮਤਲਬ ਉਹਨਾਂ ਦਿਨਾਂ 'ਚ ਹਾਣੀ ਆਉਂਦਾ ਸੀ, ਸਮਰਾਟ ਆਉਂਦੀ ਸੀ, ਤਸਵੀਰ ਆਉਂਦੀ ਸੀ, ਅਤੇ ਮੈਂ ਉਹ ਰੋਜ਼ ਲਿਆ ਕੇ ਹਫ਼ਤੇ ਬਾਅਦ ਆਉਂਦੇ ਅਤੇ ਪੜ੍ਹਨੇ ਸ਼ੁਰੂ ਕਰ ਦਿੱਤੇ ਮੈਂ। ਅਤੇ ਫਿਰ ਜਿੱਥੋਂ ਤੀਕਰ ਮਤਲਬ ਕਵਿਤਾ ਵੱਲ ਆਉਣ ਦੀ ਗੱਲ ਆ, ਜਾਂ ਮੈਂ ਨਾਟਕ ਲਿਖੇ, ਨਾਟਕਾਂ 'ਚ ਹੋਰ ਵੀ ਕੀਤੇ, ਰਾਮਲੀਲਾ ਹੋਈ ਉਹਦੇ 'ਚ ਮੈਂ ਪਾਠ ਕੀਤਾ, ਫਿਰ ਮੈਨੂੰ ਜਦੋਂ ਪੜ੍ਹਨ ਨਹੀਂ ਦਿੱਤਾ ਗਿਆ ਅਤੇ ਜਦੋਂ ਮੈਂ ਰਚਨਾਵਾਂ ਪੜ੍ਹਨੀਆਂ ਕਿਤੇ, ਸਾਡੇ ਪਿੰਡ ਇੱਕ ਨਾਟਕ ਕੀਤਾ ਹੰਸਾ ਸਿੰਘ ਨੇ, ਮੈਂ ਦੇਖਿਆ ਨਾਟਕ ਚੰਗਾ ਲੱਗਿਆ, ਫਿਰ ਵੀ ਮੈਂ ਕਿਉਂ ਨਹੀਂ ਲਿਖ ਸਕਦਾ, ਮੈਂ ਕਰ ਸਕਦਾ। ਮੈਂ ਫਿਰ ਜਦੋਂ ਮੈਂ ਮਤਲਬ ਨਾਟਕ ਵੇਖਣ ਜਾਣਾ ਜਾਂ ਕੁਛ ਪੜ੍ਹਨਾ ਅਤੇ ਮੇਰੇ ਘਰ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ, ਅਤੇ ਉਦੋਂ ਸਮਾਂ ਇਹ ਆਇਆ ਕਿ ਮਤਲਬ ਮੈਂ ਨਜ਼ਮ ਲਿਖੀ ਬਾਪ ਨਾਲ ਗੈਰ ਰਸਮੀ ਸੰਵਾਦ, ਜਿਹਦੇ 'ਚ ਮੈਂ ਮੇਰੀ ਨਾਗਮਣੀ ਵਿੱਚ ਪਹਿਲੀ ਕਵਿਤਾ ਲੱਗੀ ਸੀ ਅਤੇ ਮੈਂ ਜਿਹਦੇ 'ਚ ਆਪਣੇ ਬਾਪ ਨਾਲ ਗੈਰ ਰਸਮੀ ਸੰਵਾਦ ਕੀਤਾ ਸੀਗਾ ਵੀ ਤੂੰ ਅਤੇ ਤੇਰੀਆਂ 7 ਪੁਸ਼ਤਾਂ ਨੇ ਮੇਰੇ ਲਈ ਯਤਾਮਤ ਤੋਂ ਸਿਵਾ ਕੁਝ ਵੀ ਪੈਦਾ ਨਹੀਂ ਕੀਤਾ। ਤਾਂ ਉਹ ਨਜ਼ਮ ਮੈਂ ਮਤਲਬ ਮੇਰੀ ਟੁੱਟ ਭੱਜ 'ਚੋਂ ਨਜ਼ਮ ਨਿਕਲੀ, ਫਿਰ ਬਹੁਤ ਸਾਲਾਂ ਬਾਅਦ ਮੈਂ ਮਤਲਬ ਇੱਕ ਪਿਤਾ ਨੂੰ ਮੁਖਾਤਬ ਹੋ ਕੇ ਨਜ਼ਮ ਲਿਖੀ, ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮਤਲਬ ਜੋ ਮੈਂ ਜੋ ਵੀ ਅੱਜ ਵਾਂ ਇਹਨਾਂ ਦੀ ਛਾਂ ਹੇਠ ਹੀ ਮੈਂ ਪਨਪਿਆ, ਮੈਂ ਬਾਹਰ ਗਿਆ, ਮੇਰੇ ਬੱਚਿਆਂ ਨੂੰ ਉਹਨਾਂ ਨੇ ਸਾਂਭਿਆ ਪਾਲਿਆ। ਅਤੇ ਇਹਦੇ ਦਰਮਿਆਨ ਜਦੋਂ ਮੇਰੀ ਕਵਿਤਾ ਦਾ ਸਫ਼ਰ ਸ਼ੁਰੂ ਹੋਇਆ ਅਤੇ ਪੰਜਾਬ ਸਮੱਸਿਆ ਜਿਹੜੀ ਉਦੋਂ ਇੰਨੀ ਬੁਰੀ ਤਰ੍ਹਾਂ ਮਤਲਬ ਹੋ ਰਿਹਾ ਸੀ ਵੱਢ ਟੁੱਕ, ਜਿਹਦਾ ਮੈਂ ਇੰਨੀ ਤਰ੍ਹਾਂ ਵਲੂੰਦਰਿਆ ਗਿਆ, ਅਤੇ ਤਿਤਲੀ ਅਤੇ ਕਾਲੀ ਹਵਾ ਦਾ ਜਿਹੜਾ ਟਾਈਟਲ ਆ ਮਤਲਬ ਉਹ ਸਵੀ ਨੇ ਬਣਾਇਆ ਅਤੇ ਇਹਦਾ ਨਾਂ ਵੀ ਸਵੀ ਹੋਣਾ ਦਿਆਸੀ ਉਹਨਾਂ ਨੇ ਫੈਸਲਾ ਕਰਕੇ ਰੱਖਿਆ ਸੀ। ਮੇਰੀ ਪਹਿਲੀ ਰਚਨਾ ਤਿਤਲੀ ਅਤੇ ਕਾਲੀ ਹਵਾ ਛਪੀ ਕਿੱਦਾਂ, ਮੇਰੀ ਰਚਨਾ, ਮੇਰੀ ਪਹਿਲੀ ਕਿਤਾਬ, ਮੇਰੀ ਪਹਿਲੀ ਰਚਨਾ ਜਾਂ ਪਹਿਲੀ ਕਵਿਤਾ, ਹੈ ਨਾ।
ਨਾਗਮਣੀ ਵਿੱਚ ਮਤਲਬ ਮੇਰੀ ਕਵਿਤਾ ਛਪੀ, ਲਗਾਤਾਰ ਨਾਗਮਣੀ 'ਚ ਛਪਦਾ ਰਿਹਾ। ਸਾਡੇ ਨੇੜੇ ਇੱਕ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ ਸੀਗਾ, ਅਤੇ ਉੱਥੋਂ ਦੇ ਮੈਡਮ ਪ੍ਰਿੰਸੀਪਲ ਹਰਭਜਨ ਕੌਰ, ਉਹਨਾਂ ਨਾਗਮਣੀ ਦੇ ਬੜੇ ਵੱਡੇ ਪਾਠਕ ਸੀਗੇ, ਹੋਰ ਕਾਲਜ ਦੇ ਸਟੂਡੈਂਟ ਲਾਇਬ੍ਰੇਰੀਅਨ ਮੈਡਮ ਵਾਲੀਆ ਸੀਗੇ, ਅਤੇ ਉਹ ਨਾ ਇੱਕ ਦਿਨ ਗੱਲਾਂ ਮਤਲਬ ਕਰਦੇ ਉੱਥੇ ਆਪਣੇ ਔਫਿਸ 'ਚ ਵੀ, ਆ ਇਹਦੇ ਪੰਜਾਬ ਸਮੱਸਿਆ 'ਤੇ ਆਰਟੀਕਲ ਵੀ ਆਉਂਦੇ, ਕਵਿਤਾ ਵੀ ਆਉਂਦੀ ਆ, ਅਤੇ ਇਹ ਮਤਲਬ ਬਜ਼ੁਰਗ ਪਤਾ ਨਹੀਂ ਕਿੱਥੇ ਰਹਿੰਦਾ ਹੋਊਗਾ, ਪਰ ਉਹਨਾਂ ਨੂੰ ਨਹੀਂ ਪਤਾ ਕਿ ਫਿਰ ਇੱਕ ਉੱਥੇ ਸਟੂਡੈਂਟ ਮਤਲਬ ਉਹ ਕਹਿੰਦੇ ਮੈਡਮ ਸਾਡੇ ਬਿਆਸ ਦਾ ਇਹ ਮੁੰਡਾ ਹੈਗਾ, ਅਤੇ ਮੈਡਮ ਮੈਨੂੰ ਉਸੇ ਵੇਲੇ ਨਾ ਬਿਆਸ ਮਿਲਣਾ ਗਏ, ਮੈਂ ਮਿਲਿਆ ਨਾ ਅਤੇ ਸੁਨੇਹਾ ਦੇ ਦਿੱਤਾ ਵੀ ਕਾਲਜ ਆਵੇ। ਮੈਂ ਬੜੀ ਮੇਰੇ ਲਈ ਮੁਸ਼ਕਲ ਖੜੀ ਹੋਈ ਵੀ ਮੈਂ ਕਾਲਜ 'ਚ ਕੀ, ਮੈਨੂੰ ਕਿਹੜੀ ਗੱਲੋਂ ਸੱਦਿਆ ਗਿਆ, ਮੈਂ ਦੇਖਾਂ ਵੀ ਮੇਰੇ ਕੋਲ ਕੋਈ ਗਲਤੀ ਤਾਂ ਨਹੀਂ ਹੋਈ ਜਾਂ ਕਿਹੜੀ ਗੱਲੋਂ ਕਿਸੇ 'ਤੇ, ਮੈਂ ਕਿਹਾ ਨਾ ਮੈਂ ਹਾਂਜੀ ਹਾਂ ਮਤਲਬ ਅੱਛਾ ਜਦੋਂ ਮੈਂ ਗਿਆ ਉੱਥੇ ਅਤੇ ਉਹਨਾਂ ਨੇ ਮੈਨੂੰ ਮਿਲੇ ਅਤੇ ਇੰਨੇ ਬੜੇ ਪਿਆਰ ਨਾਲ ਮਿਲੇ ਅਤੇ ਮੈਨੂੰ ਕਹਿੰਦੇ ਵੀ ਤੇਰੇ ਆਪਾਂ ਪੜ੍ਹਦੇ ਹਾਂ, ਤੇਰੀ ਕਿਤਾਬ ਨਹੀਂ ਆਈ ਕੋਈ ਵੀ ਅਜੇ। ਮੈਂ ਕਿਹਾ ਕਿਤਾਬ ਵਾਸਤੇ ਤਾਂ ਪੈਸੇ ਪੂਸੇ ਨਹੀਂ ਹੈਗੇ ਮੇਰੇ ਕੋਲ, ਅਤੇ ਉਹ ਮੈਨੂੰ 10,000 ਰੁਪਈਆ ਨਾ ਅਗਲੇ ਦਿਨ ਉਹਨਾਂ ਨੇ ਦੇ ਦਿੱਤਾ ਦੁਕਾਨ 'ਤੇ ਆ ਕੇ, ਉਸ 10,000 ਲੈ ਕੇ ਮੈਂ ਸਵੀ ਕੋ ਚਲੇ ਗਿਆ। ਅਤੇ ਉਹ ਫਿਰ ਬੜੀ ਤਿਤਲੀ ਅਤੇ ਕਾਲੀ ਹਵਾ ਜਿਹੜੀ ਕਿਤਾਬ ਆ ਨਾ ਉਹ ਛਪੀ, ਉਹ ਇਵੇਂ ਕਰਕੇ ਛਪੀ ਤਿਤਲੀ ਅਤੇ ਕਾਲੀ ਹਵਾ ਕਿਤਾਬ, ਉਹ ਮੇਰੀ ਕਿਤਾਬ ਮੇਰੀ ਪਹਿਚਾਣ ਬਣੀ ਤਿਤਲੀ ਅਤੇ ਕਾਲੀ ਹਵਾ। ਮੈਨੂੰ ਅੱਜ ਵੀ ਯਾਦ ਆ ਕਿ ਮਤਲਬ ਉਹਨੂੰ ਕਿੰਨਾ ਸਾਰਾ ਪਿਆਰ ਮਿਲਿਆ ਸੀ, ਕਿੰਨਾ ਦੋਸਤੀ। ਔਰ ਸਭ ਤੋਂ ਵੱਡੀ ਗੱਲ ਜਦੋਂ ਨਾ ਕੋਈ ਕਿਸੇ ਸ਼ਾਇਰ ਦਾ ਕਿਸੇ ਕਵੀ ਦਾ ਆਗਾਜ਼ ਹੁੰਦਾ, ਉਹ ਬਹੁਤ ਜ਼ਿਆਦਾ ਡਿਪੈਂਡ ਕਰਦਾ ਕਿ ਜਦੋਂ ਤੁਹਾਨੂੰ ਦਾਇਰਾ ਤੁਹਾਨੂੰ ਲੋਕ ਕਿੱਦਾਂ ਦੇ ਮਿਲਦੇ ਆ। ਨਹੀਂ ਤਾਂ ਬਹੁਤੇ ਸਾਰੇ ਚੰਗਾ ਲਿਖਣ ਵਾਲੇ ਕਵੀ ਸਾਹਿਤ ਸਭਾ ਦੇ ਵਿੱਚ ਜਾ ਕੇ ਵਾਹ ਵਾਹ ਕਰਵਾ ਕੇ, ਉਹ ਜਿਹੜੇ ਮਤਲਬ ਬੜੇ ਹਲਕੇ ਪੱਧਰ ਦਾ ਲਿਖ ਰਹੇ ਹੁੰਦੇ ਉਹ ਵੀ ਉੱਦਾਂ ਦਾ ਹੀ ਲਿਖਣਾ ਸ਼ੁਰੂ ਕਰਕੇ ਵਾਹ ਵਾਹ ਖੱਟਣੀ ਚਾਹੁੰਦੇ ਤੋਂ ਖਤਮ ਹੋ ਜਾਂਦੇ। ਮੇਰੀ ਖੁਸ਼ੀ ਸੀ ਵੀ ਇਹ ਕਿ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਸਵੀ ਵਰਗੇ ਦੋਸਤ, ਭੁੱਲਰ ਹੋਣਾ ਵਰਗੇ, ਜਿਨ੍ਹਾਂ ਨੂੰ ਮੈਂ ਪੜ੍ਹਿਆ ਸ਼ੁਰੂ ਤੋਂ, ਹਰਭਜਨ ਹੁੰਦਲ ਸੀ, ਦਰਵੇਸ਼ ਆ, ਅਵਤਾਰ ਜੀਤ ਆ, ਇਹ ਸਾਰੇ ਲੋਕ ਮੈਨੂੰ, ਪਰਮਿੰਦਰ ਜੀਤ ਹੋਣੀ ਮਿਲੇ, ਅਤੇ ਇਹਨਾਂ ਦਾ ਮੈਨੂੰ ਸਾਰਾ ਮਤਲਬ ਸਟਾਰਟ ਮੇਰਾ ਇੰਨਾ ਵਧੀਆ ਹੋਇਆ, ਇੰਨਾ ਵਧੀਆ ਲੱਗਾ, ਅਤੇ ਤੁਹਾਡੇ ਤੁਹਾਡੇ ਅੱਜ ਤੁਹਾਡੇ ਸਾਰਿਆਂ 'ਚ ਆਪਾਂ ਬੈਠੇ ਹੋਏ ਦੋਸਤ। ਅਤੇ ਮੈਂ ਆਪਣੀ ਇੱਕ ਹੋਰ ਤੁਹਾਡੇ ਨਾਲ ਕਵਿਤਾ ਸਾਂਝੀ ਕਰਦਾ, ਮਿਲਦੇ ਹਾਂ ਕਵਿਤਾ ਨੂੰ। ਸਾਹਮਣੇ ਪਹਾੜ 'ਤੇ ਜਗ ਰਹੀਆਂ ਨੇ ਮੋਮਬੱਤੀਆਂ, ਪਹਾੜੀ ਝਰਨੇ ਵਗ ਰਹੇ ਨੇ ਅਸ਼ਾਂਤ, ਕੋਈ ਪੰਛੀ ਪਾਣੀ ਦੀ ਚੁੰਝ ਭਰ ਕੇ ਉੱਡ ਗਿਆ ਦੂਰ ਕਿਤੇ, ਪਹਾੜਨਾ ਗੀਤ ਗਾਉਂਦੀਆਂ ਪਰਤ ਰਹੀਆਂ ਘਰਾਂ ਨੂੰ, ਕਿਸੇ ਚਰਵਾਹੇ ਦੀ ਬੰਸਰੀ ਨਾਲ ਰੁੱਖਾਂ 'ਤੇ ਪੱਤੇ ਆਏ ਹਰਕਤ 'ਚ, ਅਤੇ ਇੱਥੇ ਮਿਲਦੇ ਹਾਂ ਕਵਿਤਾ। ਕੋਈ ਜੋਗੀ ਹੈ ਜਾਂ ਕੋਈ ਰਿਸ਼ੀ ਬਿਰਖ ਤੋਂ ਪਰਾਂ ਬੈਠਾ ਹੈ, ਕੋਈ ਜੋਗੀ ਹੈ ਜਾਂ ਕੋਈ ਰਿਸ਼ੀ ਬਿਰਖ ਤੋਂ ਪਰਾਂ ਬੈਠਾ ਹੈ, ਵਹਿੰਗੀ ਮੋਢਿਆਂ ਤੋਂ ਹੈ ਲੱਥੀ ਕੁਝ ਗੱਠੜੀਆਂ ਨੇ, ਉਸਦੇ ਦੁਆਲੇ ਖਿਲਰੀਆਂ ਸੰਧੂਰ ਦੀ ਡੱਬੀ 'ਚੋਂ ਡੁੱਲਿਆ ਪਿਆ ਹੈ ਸੰਧੂਰ, ਬਾਹਰ ਡਿੱਗੀ ਪਈ ਹੈ ਸੱਪ ਦੀ ਮਣੀ, ਇੱਕ ਖੜਾਂ ਪੈਰਾਂ 'ਚ ਪਈ ਇੱਕ ਪੈਰ ਦੇ ਨੇੜੇ, ਥੱਕੀ ਪਈ ਚਿਲਮ 'ਚੋਂ ਮੱਧਮ ਹੋ ਰਿਹਾ ਹੈ ਧੂੰਆਂ, ਵਾਲ ਖੁੱਲ੍ਹੇ ਰਿਸ਼ੀ ਦੇ ਅੱਖਾਂ ਭਾਰੀਆਂ, ਇੱਥੇ ਮਿਲਦੇ ਹਾਂ ਕਵਿਤਾ ਨੂੰ। ਬਹੁਤ ਅੱਛਾ, ਬਹੁਤ ਰਾਤ ਮੌਨ ਹੈ, ਕਿਸੇ ਦੇ ਗਰਮ ਸਾਹਾਂ ਨਾਲ ਕਿਸੇ ਦਾ ਪਿੰਡਾ ਤਰਪਕਿਆ, ਸਵੇਰ ਦੀਆਂ ਖਿਲਰੀਆਂ ਆਵਾਜ਼ਾਂ ਨੇ ਰਾਤ ਨੂੰ ਪਹਿਨ ਲਿਆ, ਇੱਕ ਦੂਜੇ ਨੂੰ ਅਰਪ ਗਏ ਰਾਤ ਦੇ ਡੂੰਘੇ ਗਹਿਰੇ ਸਾਹ, ਬੰਜਰ ਧਰਤੀ ਨੇ ਮੰਗਿਆ ਮੀਂਹ, ਮਿੱਟੀ ਦੀ ਤਲਬ ਸਿਖਰ ਚਮਕੀਲੀ ਝੀਲ ਦਾ, ਤਰੇ ਰੱਜ 'ਚ ਬਦਲ ਗਈ ਰੱਜ ਤਰੇ 'ਚ, ਮਮਤਾ ਜਾਗੀ
ਸਾਈਂ ਦਾ ਮੱਥਾ ਚੁੰਮਿਆ ਅਸੀਸ ਅਰਦਾਸ ਹੋਈ। ਇੱਥੇ ਮਿਲਦੇ ਹਾਂ ਕਵਿਤਾ, ਇੱਥੇ ਬੈਠ ਕੇ ਲਿਖਦੇ ਹਾਂ ਕਵਿਤਾ। ਖੂਹਾਂ ਵਾਲੀ ਨੇ ਆਵਾਜ਼ ਮਾਰੀ, ਵਿਰਾਈਆ ਪੰਧ ਲੰਮਾ ਹੈ, ਸਿਰ ਤੇ ਚੁੱਕੀ ਪੰਡ ਵੀ ਹੈ ਭਾਰੀ, ਕੁਝ ਪਲ ਰੁਕ ਜਾ, ਬੁੱਕ ਕਰ, ਪਾਣੀ ਪਿਲਾਵਾਂ, ਮੇਰਾ ਘੜਾ ਤਰਸੇ ਤੇਰੀ ਸ਼ੋਹ ਨੂੰ, ਮੇਰਾ ਘੜਾ ਤਰਸੇ ਤੇਰੀ ਸ਼ੋਹ ਨੂੰ, ਤੇਰੇ ਨਾਲ ਹੀ ਚੱਲਦੀ ਹਾਂ, ਖੂਹ ਵੀ ਲੈ ਚੱਲਦੇ ਹਾਂ ਨਾਲ, ਖੂਹ ਵੀ ਲੈ ਚੱਲਦੇ ਹਾਂ ਨਾਲ, ਰਾਹ 'ਚ ਬੜੇ ਪਾਂਧੇ ਮਿਲਣੇ ਨੇ, ਦੱਸ ਦੇਵਾਂਗੇ ਕਿ ਆਪਣੇ ਆਪਣੇ ਖੂਹ ਨਾਲ ਲੈ ਕੇ ਚੱਲੋ, ਆਪਣੇ ਆਪਣੇ ਖੂਹ ਨਾਲ ਲੈ ਕੇ ਚੱਲੋ, ਨਾ ਕਿਸੇ ਕੋਲ ਕੋਈ ਜਾਵੇ, ਨਾ ਬੁੱਕ ਕਰੇ ਕੋਈ, ਨਾ ਪਾਣੀ ਪਿਆਵੇ ਕੋਈ, ਇੱਥੇ ਮਿਲਦੇ ਹਾਂ ਕਵਿਤਾ, ਇੱਥੇ ਬੈਠ ਕੇ ਲਿਖਦੇ ਹਾਂ ਕਵਿਤਾ। ਇਹ ਜੈਪੁਰ ਹੈ, ਉੱਚੇ ਉੱਚੇ ਕਿਲਿਆਂ ਦਾ ਸ਼ਹਿਰ, ਕੰਧਾਂ 'ਚ ਚਿਣੀਆਂ ਪਈਆਂ ਨੇ ਤਵਾ ਰੀਖਾਂ, ਨਿਰਸ਼ਲ ਮੁਹੱਬਤਾਂ ਦਾ ਗਵਾ ਜੈਪੁਰ ਸੈਲਾਨੀਆਂ ਨਾਲ ਭਰਿਆ, ਊਠਾਂ ਵਾਲੇ ਬਲੋਚਾਂ ਦੀਆਂ ਕਹਾਣੀਆਂ ਸੁਣਾਉਂਦਾ, ਦੱਸਦਾ ਹੈ ਸ਼ਹਿਰ ਕਿਉਂ ਆਏ ਸਨ ਇੱਥੇ, ਦੱਸਦਾ ਹੈ ਸ਼ਹਿਰ ਕਿਉਂ ਆਏ ਸਨ ਇੱਥੇ, ਪੈਰਾਂ ਅੱਗੇ ਵਿਸ਼ੇ ਫਾਸਲੇ ਲੈ ਕੇ, ਮੁਹੱਬਤ ਦੀਆਂ ਤਿੱਖੀਆਂ ਪੌਣਿਆਂ 'ਚ ਇੱਕ ਐਸੀ ਘੜੀ ਆਈ ਕਿ ਉਸਨੇ ਹੋਸ਼ਮੰਦੀ ਦੇ ਮੌਸਮ 'ਚ ਉਸਦੀ ਚੁੰਨੀ ਨਾਲ ਨਾਰੀਅਲ ਬੰਨਿਆ, ਸ਼ਮਕਦੇ ਮੱਥੇ 'ਤੇ ਡਾਚੀ ਦੀ ਧੂੜ ਦੀ ਬਿੰਦੀ ਲਾਈ, ਪੈਰਾਂ 'ਚ ਚਾਂਦੀ ਦੇ ਸਗਲੇ ਪਾਏ, ਮਾਂਗ ਉਸਦੀ ਆਪਣੇ ਵਰਿਆਂ ਨਾਲ ਭਰ ਦਿੱਤੀ, ਮੰਦਰ 'ਚ ਮੱਥਾ ਟੇਕਿਆ, ਬਾਰਿਸ਼ ਹੋਈ ਹਲਕੀ, ਉਹਨਾਂ ਨਾਲ ਧੜਕਿਆ ਜੈਪੁਰ, ਧੜਕੀ ਗੋਪੀ ਦੇ ਹੱਥਾਂ 'ਚ ਫੜੀ ਬੰਸਰੀ, ਧੜਕੀ ਗੋਪੀ ਦੇ ਹੱਥਾਂ 'ਚ ਫੜੀ ਬੰਸਰੀ। ਸਾਈਂ ਤੇਰੀ ਰੀਲਾ ਦੀ ਇੱਥੇ ਕਵਿਤਾ ਸਾਹ ਲੈਂਦੀ ਹੈ, ਇੱਥੇ ਮਿਲਦੇ ਹਾਂ ਕਵਿਤਾ। ਵਿਸ਼ਾਲ, ਤੂੰ ਸਾਰਥਕ ਵੀ ਬਹੁਤ ਹੈ, ਤੂੰ ਸੁਹਿਰਦ ਵੀ ਬਹੁਤ ਹੈ, ਤੂੰ ਸਾਹਿਤ ਦੇ ਵਿੱਚ ਕਣ ਕਣ ਡੁੱਬਿਆ ਵੀ ਹੈ, ਤੇਰੇ ਕੋਲ ਸਾਹਿਤ ਤੋਂ ਪਾਸੇ ਜਾਣ ਦੀ ਵਿਹਲ ਵੀ ਹੈ ਨਹੀਂ, ਪਰ ਫਿਰ ਵੀ ਮੈਨੂੰ ਇਹ ਕਿਉਂ ਲੱਗਦਾ ਵੀ ਤੂੰ ਧੁਰ ਅੰਦਰੋਂ ਕਿਧਰੋਂ ਪਿਆਸਾ ਹੈ? ਉਹ ਪਿਆਸ ਕੀ ਹੈ, ਤ੍ਰੇਹ ਕਾਹਦੀ ਲੱਗੀ ਰਹਿੰਦੀ ਹੈ ਤੈਨੂੰ? ਤ੍ਰੇਹ ਦਰਵੇਸ਼ ਦੇਖ, ਮਤਲਬ ਇਹ ਤ੍ਰੇਹ ਮਤਲਬ ਸਾਰਿਆਂ ਦੇ ਅੰਦਰ ਹੁੰਦੀ ਆ, ਇਹ ਪਿਆਸ ਸਾਰਿਆਂ ਦੇ ਅੰਦਰ ਹੁੰਦੀ ਆ, ਜਿਹੜੀ ਮੈਂ ਕਹਿੰਦਾ ਆਖਰੀ ਪਲ ਤੀਕਰ ਆਖਰੀ ਸਾਹ ਤੀਕਰ ਨਹੀਂ ਜਾਂਦੀ। ਜਿਹੜਾ ਜੋ ਅਸੀਂ ਚਾਹੁੰਦੇ ਹਾਂ, ਮਤਲਬ ਸਾਰਿਆਂ 'ਤੇ ਇੱਕ ਉਮਰ ਆਉਂਦੀ ਆ, ਜੋ ਚਾਹੁੰਦੇ, ਮਤਲਬ ਮੇਰਾ ਇਹੋ ਜਿਹਾ ਘਰ ਹੋਵੇ, ਮੇਰਾ ਇਹੋ ਜਿਹਾ ਸੰਸਾਰ ਹੋਵੇ, ਮੇਰਾ ਇਹੋ ਜਿਹੀ ਮੁਹੱਬਤ ਹੋਵੇ, ਫਿਰ ਜਦੋਂ ਤੁਹਾਨੂੰ ਨਹੀਂ ਮਿਲਦਾ ਉਹ ਸਾਰਾ ਕੁਛ, ਭਾਵੇਂ ਉਹਦੇ ਤੋਂ ਵੱਧ ਮਿਲ ਜੇ ਤੁਹਾਨੂੰ ਬਹੁਤ ਜ਼ਿਆਦਾ, ਪਰ ਉਹ ਜਿਹੜਾ ਸਪੇਸ ਸ਼ੂਨਿਆਪਨ ਮਤਲਬ ਤੁਹਾਡੇ ਅੰਦਰ ਬਹਿ ਚੁੱਕਾ ਨਾ, ਮੈਂ ਸਮਝਦਾ ਉਹ ਕਦੀ ਵੀ ਨਹੀਂ ਜਾਂਦਾ ਹੈ। ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਉਹ ਖਾਲੀਪਨ ਮਤਲਬ ਤੁਹਾਡੇ ਅੰਦਰ ਹੀ ਰਹੂਗਾ, ਉਹ ਪਿਆਸ, ਉਹ ਤ੍ਰੇਹ ਜਿਹੜੀ ਕਦੀ ਵੀ ਨਹੀਂ ਮਿਟਦੀ, ਕਦੀ ਵੀ ਨਹੀਂ ਮਿਟਦੀ। ਅੱਛਾ, ਪਤਾ ਗੱਲ ਕੀ, ਜਿੱਦਾਂ ਇਹਨੇ ਅਵਤਾਰ ਜੀ ਦਾ ਸਵਾਲ ਆ, ਉਹ ਇੱਕ ਛਿੰਡ ਦੀ ਕਵਿਤਾ ਆ ਗਈ, ਇੱਕ ਬਿਰਤਾਂਤ ਦੀ ਕਵਿਤਾ, ਕਹਾਣੀ ਪੂਰੀ ਕਹਾਣੀ ਆ, ਇੱਕ ਸਮਾਂ ਸੀ, ਮਤਲਬ ਅੱਜ ਤੋਂ 20 ਸਾਲ ਪਹਿਲਾਂ ਸਾਡੀ ਮੁਸ਼ਕਲਾਂ ਵੀ ਹੋਰ ਸੀਗੀਆਂ, ਸਾਡੀਆਂ ਖੁਸ਼ੀਆਂ ਵੀ ਹੋਰ ਸੀ, ਸਾਡੀਆਂ ਮੰਗਾਂ ਵੀ ਹੋਰ ਸੀ, ਅਤੇ ਅੱਜ ਮਤਲਬ ਸਾਡੀ ਮੁਸ਼ਕਲ ਹੋਰ ਆ, ਸਮਾਂ ਹੋਰ ਆ, ਅਤੇ ਸਾਨੂੰ ਦਿਸ ਕੁਛ ਹੋ ਰਿਹਾ। ਅਤੇ ਜਿਹੜਾ ਰਚਨਾਕਾਰ ਆ, ਕਹਾਣੀਕਾਰ ਆ, ਲੇਖਕ ਆ, ਕਵਿਤਾ, ਜੋ ਤੁਹਾਡੇ ਸਾਹਮਣੇ ਚੁਗਿਰਦੇ 'ਚ ਵਾਪਰ ਰਿਹਾ, ਉਹਨੇ ਉਹਨੂੰ ਉਵੇਂ ਗ੍ਰਹਿਣ ਕਰਨਾ ਹੁੰਦਾ। ਅਤੇ ਬਾਕੀ ਹਰ ਕਵੀ ਦਾ ਮਤਲਬ, ਹਰ ਲੇਖਕ ਦਾ ਆਪਣਾ ਸਟਾਈਲ ਆ, ਮਤਲਬ ਲਿਖਣ ਦਾ ਢੰਗ ਆ, ਵੀ ਉਹਨੂੰ ਕਿਸੇ ਗੱਲ ਨੂੰ ਲਿਖਦਾ ਕਿੱਦਾਂ ਕਿੱਦਾਂ। ਹੁਣ ਮੈਂ ਮਤਲਬ ਗੁਰਪ੍ਰੀਤ ਆ, ਮਤਲਬ ਉਹਦੀ
ਕਵਿਤਾ ਦੀ ਆਪਾਂ ਕਿਸੇ ਵੀ ਕਵਿਤਾ ਦੀ ਗੱਲ ਕਰ ਲਈਏ, ਉਹ ਛੋਟੀ ਜਿਹੀ ਗੱਲ 'ਚ ਮਤਲਬ ਛੋਟੀ ਜਿਹੀ ਇੱਕ ਲਾਈਨ 'ਚ ਬਹੁਤ ਵੱਡੀ ਗੱਲ ਕਰ ਜਾਂਦੀ। ਹਾਂ ਮੈਂ ਮਤਲਬ ਹਰ ਜਿੱਦਾਂ ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਹਰ ਕਵੀ ਦਾ ਆਪਣਾ ਆਪਣਾ ਅੰਦਾਜ਼ ਆ, ਆਪਣਾ ਲਿਖਣ ਦਾ ਆਪਣਾ ਢੰਗ ਆ। ਹੁਣ ਜਿੱਦਾਂ ਮਤਲਬ ਕਿਸੇ ਦੀ ਕਵੀ ਹੁਣ ਸਵੀ ਦੀ ਕਵਿਤਾ ਵਾ, ਮਤਲਬ ਮੈਡਮ ਦੀ ਕਵਿਤਾ ਵਾ, ਇਹਨਾਂ ਦਾ ਇਹਨਾਂ ਦੀ ਸਾਰਿਆਂ ਨੂੰ ਉਹ ਚੰਗੀ ਲੱਗਦੀ ਆ, ਸਾਰੇ ਉਹ ਪੜ੍ਹਦੇ ਆ ਕਿਉਂਕਿ ਉਹ ਚੰਗਾ ਲਿਖਦੇ ਅਤੇ ਚੰਗੀ ਕਵਿਤਾ ਹੈਗੀ। ਹੁਣ ਜਿਹੜੀ ਮਾੜੀ ਕਵਿਤਾ ਵਾ, ਕਿੰਨੀਆਂ ਕਿਤਾਬਾਂ ਆ ਰਹੀਆਂ, ਸਾਨੂੰ ਸਾਰਿਆਂ ਨੂੰ ਪਤਾ ਵੀ ਇਹ ਕਵਿਤਾ ਪੜ੍ਹਨ ਵਾਲੀ ਨਹੀਂ ਆ, ਅਤੇ ਅਸੀਂ ਪੜ੍ਹਦੇ ਵੀ ਨਹੀਂ ਹਾਂ, ਅਤੇ ਚੰਗੀ ਕਵਿਤਾ ਪੜ੍ਹਦੇ, ਚੰਗੀ ਰਚਨਾ ਹੀ ਨੂੰ ਜੀਆਂ ਕਿਹਾ ਜਾ ਸਕਦਾ। ਇਹਦੇ ਦਰਮਿਆਨ ਜਿੱਦਾਂ ਕੱਲ੍ਹ ਸਵੀ ਨੇ ਇੱਕ ਗੱਲ ਕਹੀ ਸੀਗੀ ਵੀ ਮੈਂ ਮਤਲਬ ਇੱਕੋ ਜਿਹਾ ਨਹੀਂ ਮਤਲਬ ਲਿਖ ਸਕਦਾ ਇੱਕਦਮ, ਮਤਲਬ ਵੱਖ ਵੱਖ ਮਤਲਬ ਰਚਨਾ ਵੱਖ ਵੱਖ ਸਟਾਈਲ ਦਾ ਲਿਖਦਾ, ਪੇਂਟਿੰਗ ਬਾਰੇ ਵੀ ਮੈਂ ਇੱਕ ਤਰ੍ਹਾਂ ਨਹੀਂ ਕਰ ਸਕਦਾ। ਇਵੇਂ ਹੀ ਨਾ ਮੇਰੀਆਂ ਬੁੱਕਸ ਜਿਹੜੀਆਂ ਪੜ੍ਹੀਆਂ, ਕਿਉਂਕਿ ਮਤਲਬ ਵੱਖ ਵੱਖ ਸਮਿਆਂ 'ਚ ਵੱਖ ਵੱਖ ਹਾਦਸੇ ਵਾਪਰਦੇ ਆ, ਉੱਦਾਂ ਹੀ ਉਹ ਮਤਲਬ ਕਿ ਸੋਚ ਸਮਝ ਕੇ ਨਹੀਂ ਹੁੰਦਾ ਸਾਰਾ ਕੁਛ। ਹੁਣ ਜੇ ਮੈਂ ਪੰਜਾਬ ਸਮੱਸਿਆ 'ਤੇ ਮੇਰੀ ਕਵਿਤਾ ਸੀ, ਅਤੇ ਉਹਨਾਂ ਦਿਨਾਂ 'ਚ ਮਤਲਬ ਦੋ ਸਮੱਸਿਆ ਮੇਰੇ 'ਤੇ, ਮੁਹੱਬਤ ਦੀ ਵੀ ਸਮੱਸਿਆ ਉੱਦਾਂ ਹੀ ਭਾਰੂ ਅਤੇ ਪੰਜਾਬ ਦੀ ਵੀ ਸਮੱਸਿਆ ਉੱਦਾਂ ਹੀ ਭਾਰੂ ਹੋ ਗਈ, ਪਰ ਉਹ ਮੈਂ ਦੋਨਾਂ ਨੂੰ ਪੈਰਲਲ ਮਤਲਬ ਆਪਣੀ ਜ਼ਿੰਮੇਵਾਰੀ ਨਾਲ ਦੇਖ ਰਿਹਾ, ਆਪਣਾ ਦੋਨਾਂ ਨੂੰ ਮੈਂ ਹੰਢਾ ਰਿਹਾ। ਇੱਕ ਕੋਈ ਵੀ ਸ਼ਹਿਰ ਮਤਲਬ ਇੱਕੋ ਵਰਗੀ ਕਵਿਤਾ ਇੱਕੋ ਵਰਗੀ ਰਚਨਾ ਕਦੀ ਵੀ ਨਹੀਂ ਲਿਖ ਸਕਦਾ, ਉਹ ਤੁਰਿਆ ਜਾਂਦਾ ਸਫ਼ਰ 'ਚ। ਮਤਲਬ ਜੇ ਹੁਣ ਸਫ਼ਰ 'ਚ ਆਪਾਂ ਸੋਲਨ ਆਇਆ ਹੈ ਨਾ, ਮੈਂ ਮਤਲਬ ਗੱਲ ਕਰ ਰਿਹਾ ਸੀ, ਅਤੇ ਸਵੀ ਜਦੋਂ ਆਪਾਂ ਕੱਲ੍ਹ ਆ ਰਹੇ ਸੀ ਗੱਡੀ 'ਚ ਬਹਿ ਕੇ, ਉੱਥੇ ਇੱਕ ਨੌਜਵਾਨ ਕੁੜੀ ਨਾ ਛੱਲੀਆਂ ਭੁੰਨ ਰਹੀ ਆ, ਅਤੇ ਮੇਰੇ ਦਿਮਾਗ 'ਚ ਨਾ ਮਤਲਬ ਉਹ ਕਵਿਤਾ ਆਈ, ਮਤਲਬ ਸਾਰੀ ਦੀ ਸਾਰੀ ਗੱਲ ਘੁੰਮ ਗਈ ਮੇਰੇ ਅੰਦਰ ਵੀ ਇਹ ਛੱਲੀਆਂ ਭੁੰਨ ਰਹੀ ਆ, ਲੋਕ ਖਾ ਰਹੇ ਆ, ਉਹਦੇ ਨੱਕ ਵਿੱਚ ਕੋਕਾ ਪਿਆ, ਉਹਦੇ ਕਿੱਦਾਂ ਦੇ ਸੁਪਨੇ ਹੋਣਗੇ। ਅਤੇ ਇਵੇਂ ਹੀ ਕਵਿਤਾ ਮਤਲਬ ਇਵੇਂ ਹੀ ਮਤਲਬ ਸਾਰੇ ਇਹ ਮੇਰੇ ਵੇਲੇ ਨਹੀਂ, ਸਾਰਿਆਂ ਦੇ ਅੰਦਰ ਇੱਦਾਂ ਹੀ ਕਵਿਤਾ ਪਈ ਆ, ਉਹ ਜਾਗਦੀ ਕਿਹੜੇ ਵੇਲੇ ਆ, ਕਿਹੜਾ ਪਾਤਰ ਆ ਕੇ ਤੁਹਾਡੇ ਨਾਲ ਗੱਲ ਕਰ ਲੈਂਦਾ ਅਤੇ ਤੁਸੀਂ ਕਵਿਤਾ ਲਿਖਦੇ ਨੇ। ਹੁਣ ਪਿਛਲੇ ਦਿਨ ਮੁਹੱਬਤ ਜਾਗਦੀ, ਤੇ ਤੁਸੀਂ ਕਹਿੰਦੇ ਹੋ ਵੀ ਮੇਰੇ ਬੱਚਿਆਂ ਨੂੰ ਸਾਂਭਿਆ ਉਹਨਾਂ ਨੇ ਪਿੱਛੇ ਆਇਆ ਕੀਤਾ, ਉਹ ਬੱਚਿਆਂ ਨੂੰ ਸਾਂਭਣ ਕਰਕੇ ਮੁਹੱਬਤ ਜਾਗਦੀ ਆ ਜਾਂ ਬੱਚਿਆਂ ਦੇ ਸਾਂਭਣ ਵਾਲੀ ਗੱਲ ਹੈ, ਕਿਉਂਕਿ ਮੈਂ ਉਹਨਾਂ ਦਾ ਇੱਥੇ ਰਹਿ ਕੇ ਕਦੇ ਵੀ ਕਮਾਊ ਪੁੱਤ ਨਹੀਂ ਬਣਿਆ। ਸਵੀ ਹੋਣੀ ਮੇਰੇ ਦੋ ਬੜੇ ਸ਼ੁਰੂ ਤੋਂ ਮੇਰੇ ਗਵਾਹ ਵਾ, ਦੋ ਤਿੰਨ ਦੁਕਾਨਾਂ ਉਹਨਾਂ ਦੀਆਂ ਫੇਲ ਕਰਦੀਆਂ, ਫਿਰ 36 ਸਾਲ ਦੀ ਉਮਰ 'ਚ ਜਾ ਕੇ ਮੈਂ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਕਿ ਮੈਂ ਪੈਸੇ ਕਮਾਉਣ ਜੋਗਾ, ਬਾਹਰ ਚਲ ਗਿਆ, ਇੱਥੇ ਕੰਮ ਨਹੀਂ ਸੀ ਕਰਦਾ ਮੈਂ, ਮਤਲਬ ਭੱਜਾ ਫਿਰਦਾ ਸੀ, ਭਟਕਣਾ ਸੀ, ਉੱਥੇ ਚਲ ਗਿਆ, ਉੱਥੇ ਚਲ ਗਿਆ, ਉੱਥੇ ਚਲ ਗਿਆ, ਅਤੇ ਤਾਂ ਕਰਕੇ ਮਤਲਬ ਦੇਖਿਆ ਕਿ ਉਹ ਜਿਹੜਾ ਬਾਪ ਸੀ ਮੈਨੂੰ, ਮੈਂ ਉਹਨਾਂ ਨੇ ਮੈਂ ਮਤਲਬ ਗੱਲ ਕਰਦਾ, ਮੈਂ ਉਹਨਾਂ ਨੂੰ ਕਹਿਣਾ ਵੀ ਮੈਂ ਪੈਸੇ ਭੇਜਾਂ, ਅਤੇ ਉਹ ਕਹਿੰਦੇ ਵੀ ਮਤਲਬ ਤੂੰ ਲੇਟ ਬਹੁਤ ਜ਼ਿੰਦਗੀ ਸ਼ੁਰੂ ਕੀਤੀ ਆ, ਆਪਣੇ ਕੋਲ ਰੱਖ, ਸਾਨੂੰ ਤੇਰੇ ਬੱਚਿਆਂ ਦੀਆਂ ਫੀਸਾਂ, ਤੇਰਾ ਸਾਰਾ ਘਰ ਦਾ ਖਰਚਾ ਦੇਵਾਂਗੇ, ਤੂੰ ਪੈਸੇ ਕੰਮ ਬੱਚੇ ਵੱਡੇ ਕਰਨੇ ਆ, ਵਿਆਹੁਣੇ ਆ, ਕੰਮ ਕਰਨੇ ਆ, ਤੂੰ ਆਪਣੇ ਕੋਲ ਰੱਖ। ਅਤੇ ਮੈਂ ਪਹਿਲੀ ਵਾਰੀ ਜਦੋਂ ਥੋੜ੍ਹੇ ਕੁਛ ਮਹੀਨਿਆਂ ਬਾਅਦ ਆਇਆ ਅਤੇ 2 ਲੱਖ ਰੁਪਈਆ ਮਤਲਬ ਲੈ ਕੇ ਆਇਆ ਘਰ ਫੜਾਇਆ ਜਦੋਂ, ਅਤੇ ਉਹ ਮੇਰੇ ਮਾਂ ਦੀ ਝੋਲੀ 'ਚ ਪਾਇਆ, ਅਤੇ ਸਾਡੇ ਡੈਡੀ ਨੇ ਕਿਹਾ ਵੀ ਰਤਨ ਕੌਰ, ਰਤਨ ਮੇਰੀ ਮਾਂ ਦਾ ਨਾਮ, ਕਹਿੰਦੇ ਰਤਨ ਕੌਰੇ ਮਤਲਬ ਦੇਖ ਲਾ ਵੀ
ਇਹ ਨੋਟ ਅਸਲੀ ਹੈਗੇ ਆ। ਵਿਸ਼ਾਲ ਜੀ, ਤੁਸੀਂ ਇਟਲੀ ਬਹੁਤ 15 ਸਾਲ ਰਹੇ ਹੋ, ਗੈਰ ਸਾਹਿਤਕ ਮਾਹੌਲ, ਬਗਾਨੀ ਸਭਿਅਤਾ, ਬਗਾਨਾ ਕਲਚਰ, ਬਗਾਨੀ ਬੋਲੀ ਵੀ ਬਹੁਤ ਸਿੱਖੀ ਤੁਸੀਂ, ਤੇ ਕਵਿਤਾ ਨੂੰ ਤੁਸੀਂ ਬਚਾਅ ਰੱਖਿਆ, ਕਿਉਂਕਿ ਮੈਂ ਲਗਾਤਾਰ ਤੁਹਾਡੀਆਂ ਬਹੁਤ ਵਧੀਆ ਵਧੀਆ ਕਵਿਤਾਵਾਂ ਪੜ੍ਹਦਾ ਆ ਰਿਹਾ, ਕਿਉਂਕਿ ਅਸੀਂ ਤੁਹਾਡੇ ਪਾਠਕ ਹਾਂ, ਔਰ ਤੁਸੀਂ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਐਸਟੈਬਲਿਸ਼ ਵੀ ਕੀਤਾ ਅਤੇ ਆਪਣੀ ਕਵਿਤਾ ਨੂੰ ਕਿਵੇਂ ਬਚਾਅ ਕੇ ਰੱਖਿਆ? ਦੇਖੋ, ਪਤਾ ਗੱਲ ਕੀ ਆ, ਜਦੋਂ ਕਵਿਤਾ ਜਿਹੜੀ ਤੁਹਾਡੇ ਅੰਦਰ ਆ ਨਾ, ਮਤਲਬ ਉਹਨੂੰ ਬਚਾਉਣ ਵਾਸਤੇ ਕੋਈ ਉਚੇਚ ਕਰਨ ਦੀ ਲੋੜ ਨਹੀਂ ਹੈਗੀ, ਕਵਿਤਾ ਬਚੀ ਰਹਿੰਦੀ ਤੁਹਾਡੇ ਅੰਦਰ, ਠੀਕ ਹੈ ਨਾ। ਫਿਰ ਅੱਗੇ ਗੀਤਾਂ ਦੇ ਸਫ਼ਰ ਦੀ ਗੱਲ ਸ਼ੁਰੂ ਹੋਈ, ਮਤਲਬ ਤੁਸੀਂ ਕਹਿਣਾ ਚਾਹੁੰਦੇ ਵੀ ਸੈਂਕੜੇ ਪੰਜਾਬੀ ਬਾਹਰ ਰਹਿੰਦੇ ਨੇ, ਕੰਮ ਕਰਦੇ ਨੇ, ਕਵਿਤਾ ਤਾਂ ਉਹਨਾਂ ਦੀ ਬਚੀ ਹੋਈ ਹੈ ਨਾ, ਕਵਿਤਾ ਲਿਖ ਰਹੇ ਨੇ, ਕਵਿਤਾ ਮਤਲਬ ਅੰਦਰ ਪਈ ਆ, ਬਚੀ ਰਹਿੰਦੀ ਹੈ, ਕੋਈ ਗੱਲ ਨਹੀਂ ਹੁੰਦੀ ਜੇ ਤੁਹਾਡੇ ਅੰਦਰ ਤੁਸੀਂ ਕਵਿਤਾ ਵਰਗੇ ਆਏ ਕਵਿਤਾ ਪ੍ਰਤੀ ਵਾਰਦਾਰ। ਫਿਰ ਆਈ ਮਤਲਬ ਗੀਤਾਂ ਦੇ ਸਫ਼ਰ ਦੀ ਗੱਲ ਆਈ, ਮੈਂ ਸਵਾਲ ਪੁੱਛਣਾ ਚਾਹ ਰਹੀ ਹਾਂ ਨਾਲ ਹੀ ਜੁੜਦਾ ਹੈ, ਕਿ ਤੁਸੀਂ ਕਹਿੰਦੇ ਹੋ ਵੀ ਇੱਕ ਤਰ੍ਹਾਂ ਜਿਹੜੀ ਹੈ ਉਹ ਅੰਦਰ ਰਹਿੰਦੀ ਹੈ, ਭਟਕਣਾ ਹੈ ਸਾਡੇ ਸਭ ਦੇ ਅੰਦਰ, ਤੇ ਔਰ ਫਿਰ ਤੁਸੀਂ 15 ਸਾਲ ਬਾਹਰ ਵੀ ਰਹੇ, ਇਹ ਸਾਰੇ ਦੌਰ 'ਚ ਜਦੋਂ ਤੁਸੀਂ ਇੱਥੇ ਹਾਲੇ ਬੇਰੁਜ਼ਗਾਰ ਸੀ, ਕੁਛ ਕਮਾਉਂਦੇ ਨਹੀਂ ਸੀ, ਭਟਕਦੇ ਸੀ, ਫਿਰ ਬਾਹਰ ਰਹੇ ਜਾ ਕੇ, ਤੁਹਾਡੀ ਪਤਨੀ ਨੇ ਸਾਰੇ ਟਾਈਮ ਦੇ ਵਿੱਚ ਕੀ ਮਹਿਸੂਸ ਕੀਤਾ, ਤੁਸੀਂ ਕਦੀ ਇਹਦੇ ਬਾਰੇ ਲਿਖਿਆ? ਮੈਂ ਹਾਂ ਮੈਂ ਜਿਹੜੀ ਮੇਰੀ ਨਵੀਂ ਕਵਿਤਾ ਨਾ ਪਤਨੀ ਬਾਰੇ, ਮੈਂ ਪੂਰੇ ਘਰ ਬਾਰੇ, ਮਤਲਬ ਜੋ ਜੋ ਮੇਰੇ ਨਾਲ ਹੁੰਦਾ ਰਿਹਾ, ਮੈਂ ਬਹੁਤ ਕਵਿਤਾ ਦੇ ਵਿੱਚ ਲਿਖਿਆ ਸਾਰਾ ਕੁਛ, ਬਾਹਰ ਰਿਹਾ ਮਤਲਬ ਮੈਂ ਮਤਲਬ ਗੱਲ ਕਰਦਾ ਵਾਂ, ਤੁਸੀਂ ਵੀ ਮਿਲੇ ਆ ਉਹਨੂੰ ਮਤਲਬ ਘਰ ਆ ਕੇ ਇੱਕ ਵਾਰੀ, ਮਤਲਬ ਜਿੰਨੀ ਮਤਲਬ ਉਹਨੇ ਘਰ ਨੂੰ ਸਾਂਭਿਆ ਨਾ, ਹੈ ਨਾ, ਅਤੇ ਜੇ ਮੈਂ ਅਤੇ ਮੇਰੀ ਕਵਿਤਾ ਮਤਲਬ ਅਜੇ ਤੱਕ ਜਿਉਂਦੇ ਆ ਨਾ, ਅਤੇ ਉਸ ਸਾਰੇ ਪਰਿਵਾਰ ਦਾ ਮਤਲਬ ਸਮੇਤ ਮੇਰੀ ਪਤਨੀ ਮਾਂ ਪਿਓ ਦਾ ਇੰਨਾ ਜ਼ਿਆਦਾ ਹਿੱਸਾ ਵਾ ਨਾ, ਅਤੇ ਮੈਨੂੰ ਕਦੀ ਕੋਈ ਆਂਚ ਨਹੀਂ ਆਈ, ਕਦੀ ਚਿੰਤਾ ਨਹੀਂ, ਮੈਨੂੰ ਅੱਜ ਵੀ ਮੈਂ ਮੇਰੇ ਬਜ਼ੁਰਗ ਪਿਓ ਪਿੰਡ ਬੈਠੇ ਕੰਮ ਕਰ ਰਹੇ, ਮੈਂ ਉਹਨਾਂ ਦੇ ਸਿਰ 'ਤੇ ਅੱਜ ਮਤਲਬ ਤੁਰਿਆ ਫਿਰਦਾ, ਜਦੋਂ ਤੱਕ ਪਤਨੀ ਦੀ ਮਤਲਬ ਸਾਥ ਦੇਣ ਦੀ ਗੱਲ ਆ, ਉਹਨੇ ਉਹ ਮਤਲਬ ਬਹੁਤ ਚੁੱਪ ਅਤੇ ਸ਼ਾਂਤ ਰਹਿਣ ਵਾਲੀ ਹੈਗੀ ਹੈ, ਮੇਰਾ ਹਰ ਖੁਸ਼ੀ 'ਚ ਸ਼ਾਮਿਲ ਹੁੰਦੀ, ਹਰ ਦੁੱਖ 'ਚ ਸ਼ਾਮਿਲ ਹੁੰਦੀ, ਅਤੇ ਮੇਰੀ ਹਰ ਜਿਆਦਤੀ ਉਹ ਸਹਿ ਵੀ ਜਾਂਦੀ ਹੈ, ਮੈਂ ਕਦੀ ਕਦੀ ਇਹ ਚੀਜ਼ ਮੈਨੂੰ ਮੈਂਟਲੀ ਤੌਰ 'ਤੇ ਡਿਸਟਰਬ ਕਰਦੀ ਕਿ ਮੈਂ ਮਤਲਬ ਉਹਦੇ 'ਤੇ ਕੋਈ ਸਿਤਮ ਕਰ ਰਿਹਾ, ਮੈਂ ਲੇਟ ਘਰ ਜਾ ਰਿਹਾ ਅਤੇ ਉੱਠ ਕੇ ਰੋਟੀ ਵੀ ਦੇ ਰਹੀ ਆ, ਪਰ ਉਹ ਆਪਣਾ ਆਪਣੀ ਆਪਣੀ ਮਿੱਟੀ ਹੁੰਦੀ ਹੈ, ਮਤਲਬ ਕੋਈ ਸਮਝੌਤਾ ਕਰ ਲੈਂਦਾ, ਕੋਈ ਨਹੀਂ ਕਰਦਾ, ਅਤੇ ਜਿੰਨੇ ਮਤਲਬ ਘਰ ਨੂੰ ਬਚਾ ਕੇ ਰੱਖਿਆ ਉਹਨਾਂ 'ਚੋਂ ਮੇਰੀ ਘਰ ਵਾਲੀ ਹੈਗੀ, ਬਹੁਤ ਸਾਰੇ ਲੋਕਾਂ ਦੀਆਂ ਘਰਾਂ ਵਾਲੀਆਂ ਘਰ ਸਾਂਭ ਕੇ ਰੱਖਦੀ ਹਾਂ। ਮੈਂ ਗੱਲ ਕਰ ਰਿਹਾ ਸੀ ਗੀਤਾਂ ਦੇ ਸਫ਼ਰ ਦੀ ਗੱਲ ਕਰ ਰਿਹਾ ਸੀ, ਮੈਂ ਅੰਮ੍ਰਿਤਸਰ ਗਿਆ ਅਤੇ ਉੱਥੇ ਨਾ ਨਰਿੰਦਰ ਸੰਘ ਹੀ ਮਿਲਿਆ ਮੈਨੂੰ, ਆਪਣੇ ਨਾਟਕਕਾਰ। ਉਹ ਮੁਹੱਬਤ ਦਾ ਕਿਹੜਾ ਜੁਗਰਾਫੀ ਆ ਜਿਹੜਾ ਵਾਈਫ ਦੇ ਨਾਲ ਪਤਨੀ ਨਾਲ ਜੁੜਦਾ ਹੈਗਾ, ਉਹ ਉਸ ਨੂੰ ਮੁਹੱਬਤ ਦੇ ਕਿਸ ਟਰਾਂਸਪੇਰੈਂਸੀ ਦੇ ਵਿੱਚੋਂ ਤੁਸੀਂ ਕਿੱਦਾਂ ਉਹਦੀ ਉਹਦੇ ਨਿੱਘ ਨੂੰ ਕਿਸ ਟਰਾਂਸਪੇਰੈਂਸੀ 'ਚੋਂ ਦੇਖਦੇ ਹੋ ਤੁਸੀਂ? ਬਸ ਉਹਦਾ ਉਹਦੇ ਨਿੱਘ ਮੈਂ ਮਹਿਸੂਸ ਕਰਦਾ ਵਾ ਬਹੁਤ ਜ਼ਿਆਦਾ। ਹਾਂ ਮੈਂ ਲਿਖਿਆ ਮਤਲਬ ਉਹਦੇ ਮਤਲਬ ਜਿਹੜਾ ਉਹਦਾ ਮੈਂ ਨਿੱਘ ਮਹਿਸੂਸ ਕਰਦਾ ਨਾ, ਮੈਂ ਨਿੱਘ ਉਹਦਾ ਲਿਖਿਆ ਵੀ ਆ ਵੀ ਕਿੱਦਾਂ ਮੈਂ ਲਿਖਿਆ, ਜੇ ਮੇਰੇ ਇੱਥੇ ਕਿਤੇ ਮੈਂ ਮੈਨੂੰ ਕਵਿਤਾ ਲੱਭੀ ਮੈਂ ਤੁਹਾਨੂੰ ਉਹ ਕਵਿਤਾ ਸੁਣਾਊਂਗਾ ਵੀ। ਤਾਂ ਮੈਂ ਜਿੱਦਾਂ ਕਿ ਥਾਰੀ ਯਾਦ ਚੁੱਕੀ ਕਿਤਾਬ ਆਈ ਸੀ, ਉਹਦੇ 'ਚ ਮੈਂ ਬਹੁਤ ਹੀ ਖੁੱਲ੍ਹ ਕੇ ਲਿਖਿਆ ਸੀਗਾ, ਅਤੇ ਮੇਰੇ ਸ਼ਕੀਰਤ ਨੇ ਮਤਲਬ ਸਵਾਲ ਲਿਖ ਮੇਰੇ ਉਹਦੇ ਨਵਾਂ ਜ਼ਮਾਨਾ 'ਚ ਲਿਖਿਆ ਵੀ ਕੀ ਜੇ ਇਹਦੀ ਪਤਨੀ ਮਤਲਬ ਇੱਦਾਂ ਕੁਛ ਲਿਖਦੀ ਇੰਨਾ। ਹਾਂ ਜੇ ਪਾਲ ਕੌਰ, ਜੇ ਵਿਸ਼ਾਲ ਦੀ ਜਗ੍ਹਾ ਤੇ ਪਾਲ ਕੌਰ ਹੁੰਦੀ ਔਰ ਇਹ ਆਰਟੀਕਲ ਉਹ ਲਿਖਦੀ ਕਿ ਵੀ ਮੈਂ ਰਾਤ ਨੂੰ
ਇੰਨੀ ਦੇਰ ਨਾਲ ਆਈ ਔਰ ਮੇਰੇ ਪਤੀ ਨੇ ਮੈਨੂੰ ਕੁਛ ਨੀ ਕਿਹਾ, ਮੈਂ ਕਵਿਤਾ ਲਿਖਦੀ ਰਹੀ ਔਰ ਮੇਰਾ ਪਤੀ ਕੋਲ ਪਿਆ ਰਿਹਾ, ਮੇਰੇ ਪਤੀ ਬਹੁਤ ਚੰਗੇ ਹੈ, ਮਤਲਬ ਉਹਨੇ ਬਿਲਕੁਲ ਵਿਸ਼ਾਲ ਦੀ ਜਗ੍ਹਾ ਮੇਰਾ ਨਾਮ ਲਿਖ ਕੇ ਦੱਸਿਆ। ਮੈਂ ਅੰਮ੍ਰਿਤਸਰ ਗਿਆ ਅਤੇ ਮੇਰਾ ਨਾਟਕਕਾਰ ਨਰਿੰਦਰ ਸਿੰਘ ਜੀ ਦੋਸਤ ਮਿਲਿਆ ਅਤੇ ਮੈਨੂੰ ਕਹਿੰਦਾ ਵੀ ਯਾਰ ਪਲੇ ਮਤਲਬ ਮੈਂ ਕਰਾ ਰਿਹਾ ਵਾ, ਉਦੋਂ ਅਜੇ ਨਾ ਨਾਟਕਾਂ ਦੇ ਗੀਤ ਲਿਖਣ ਦੀ ਗੱਲ ਨਹੀਂ ਚੱਲਦੀ 89-90 ਦੇ ਵਿੱਚ, ਪਤਾ ਨਹੀਂ ਮੈਨੂੰ ਹਿਸਾਬ ਤਾਂ। ਮੈਂ ਕਿਹਾ ਯਾਰ ਮੈਂ ਤਾਂ ਕਵਿਤਾ ਲਿਖਦਾ ਵਾਂ, ਅਤੇ ਤੂੰ ਕਹਿੰਦਾ ਨਹੀਂ ਤੂੰ ਮੈਨੂੰ ਪਤਾ ਤੂੰ ਆ ਮੇਰੇ ਨਾਲ। ਉਹ ਸਿਉਂਕ ਨਾਟਕ ਸੀਗਾ ਗੁਰਸ਼ਰਨ ਸਿੰਘ ਦਾ ਯੂਥ ਫੈਸਟੀਵਲ ਵਾਸਤੇ, ਅਤੇ ਮੈਂ ਉਹਦੇ ਨਾ ਗੀਤ ਲਿਖ ਦਿੱਤੇ ਤਿੰਨ ਜਿੱਦਾਂ ਮੈਨੂੰ ਲੱਗਾ। ਉਹ ਮਿਊਜ਼ਿਕ ਬੜਾ ਵਧੀਆ ਮਿਲ ਗਿਆ ਉਹਨੂੰ ਅਤੇ ਉਹਦਾ ਗੀਤ ਪਲੇ ਫਸਟ ਆ ਗਿਆ ਯੂਨੀਵਰਸਿਟੀ 'ਚੋਂ। ਫਿਰ ਅਗਲੇ ਸਾਲ ਇੱਕ ਕਾਲਜ, ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਕਾਲਜ ਮੇਰੇ ਕੋਲ ਆਉਣੇ, ਅਤੇ ਮੈਂ ਉਹਨਾਂ ਦੇ ਗੀਤ ਲਏ, 100-150 ਨਾਟਕਾਂ ਦੇ ਮੈਂ ਗੀਤ ਲਿਖੇ। ਫਿਰ ਉਹ ਇੱਦਾਂ ਹੋਇਆ ਕਿ ਫਿਰ ਮੇਰੇ ਕੋਲ ਕੁਝ ਦੋਸਤ ਆਏ ਅਤੇ ਉਹਨਾਂ ਨੇ ਕਿਹਾ ਵੀ ਇੱਕ ਯਾਰ ਡਾਕੂਮੈਂਟਰੀ ਮੂਵੀ ਲਿਖਣੀ ਆ ਸਪੈਸ਼ਲ ਚਾਈਲਡ ਦੇ ਉੱਤੇ। ਕੁਦਰਤੀ ਉਹਨਾਂ ਦਿਨ ਦਾ ਜਿਹੜੇ ਮੰਦ ਬੁੱਧੀ ਵਾਲੇ ਬੱਚੇ, ਉਹਨਾਂ 'ਤੇ ਕੈਂਪ ਲੱਗਾ, ਮੈਂ ਜਾ ਕੇ ਉਹਨਾਂ ਨੂੰ ਮਿਲਿਆ। ਅਤੇ ਤੁਸੀਂ ਗੱਲ ਹੁੰਦੀ ਹੈ ਲਿਖਣ ਦੀ, ਤੁਹਾਡੇ ਅੰਦਰ ਅੱਗ ਕਿੱਦਾਂ ਦੀ ਹੈਗੀ ਹੈ, ਜੇ ਸਾਰਿਆਂ ਦੀ ਆਪਾਂ ਸਿਰਜਣ ਪ੍ਰਕਿਰਿਆ ਦੀ ਗੱਲ ਕਰਦੇ। ਮੈਨੂੰ ਕਹਿੰਦੇ ਵੀ ਚਲੋ 20-25 ਦਿਨ 'ਚ ਤੂੰ ਇਹਦੇ ਗੀਤ ਲਿਖ ਦੇ ਅਤੇ ਨਾਲ ਡਾਇਲੈਕਟ ਇਹ ਫਿਲਮ ਲਿਖ ਦੇ। ਸਰ ਮੈਂ ਸਾਰੇ ਪੜ੍ਹ ਗਿਆ, ਤੁਸੀਂ ਯਕੀਨ ਕਰਿਓ ਮੈਂ ਉਹ 50 ਮਿੰਟ ਦੀ ਡਾਕੂਮੈਂਟਰੀ ਇੱਕ ਰਾਤ ਦੇ ਵਿੱਚ ਲਿਖ ਕੇ ਦੇ ਦਿੱਤੀ ਉਹਨਾਂ ਨੂੰ, ਅਤੇ ਉਹਦੇ ਗੀਤ ਦੂਜੀ ਰਾਤ 'ਚ ਮੈਂ ਲਿਖ ਦਿੱਤੇ। ਔਰ ਪੰਜਾਬ ਦੇ ਦਰਵੇਸ਼ ਫਿਲਮ ਦੇ ਲਾਈਨ ਦੇ ਨਾਲ ਜੁੜਿਆ, ਹਰ ਸਕੂਲ 'ਚ ਸਰਬ ਸਿੱਖਿਆ ਅਭਿਆਨ ਦੇ ਸਕੂਲ 'ਚੋਂ ਜਿੱਥੇ ਜਿੱਥੇ ਵੀ ਉਹ ਫਿਲਮ ਵਿਖਾਈ ਗਈ ਅਤੇ ਬੜਾ ਹੀ ਵਧੀਆ ਰਿਸਪੋਂਸ ਮਿਲਿਆ। ਫਿਰ ਉਹਦੇ ਉਹ 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 ਮਤਲਬ ਫਿਲਮ ਲਿਖਣ ਤੋਂ ਬਾਅਦ ਮੇਰੇ ਕੋਲ ਕੁਛ ਆਏ ਲੋਕ, ਅਤੇ ਮਤਲਬ ਉਹ ਫਿਲਮ ਵੀ ਬਣੀ ਦਰਸ਼ਨ ਦਰਵੇਸ਼ ਗਵਾਹ ਵਾ, ਉਹਦੇ ਮੈਂ 4 ਗੀਤ ਫਿਲਮ ਦੇ ਲਿਖੇ ਅਤੇ ਉਹਨਾਂ ਦੀ ਰਿਕਾਰਡਿੰਗ ਬੰਬੇ ਹੋਈ ਸਾਰੀ, 2 ਹੋਰ ਫਿਲਮ ਰਿਲੀਜ਼ ਹੋਈ ਆ ਅਤੇ ਬੜਾ ਵਧੀਆ ਉਹਦਾ ਰਿਸਪੋਂਸ ਮਿਲਿਆ। ਹੁਣ ਵੀ ਅਤੇ ਹੁਣ ਵੀ ਮਤਲਬ ਨਾ ਮੇਰੇ ਕੋਲ ਜਿੱਦਾਂ ਤੁਸੀਂ ਯਕੀਨ ਕਰਿਓ, ਮਤਲਬ ਮਹਾਰਾਜਾ ਰਣਜੀਤ ਸਿੰਘ ਜਿਹੜਾ ਚੱਲ ਰਿਹਾ ਨਾ ਇਸ ਵੇਲੇ, ਉਹਦਾ ਜਿਹੜਾ ਟਾਈਟਲ ਸੌਂਗ ਸੋਨੂ ਨਿਗਮ ਨੇ ਗਾਉਣਾ ਸੀਗਾ, ਗਾਇਆ ਵੀ ਹੈ ਨਾ, ਉਹ ਲਿਖਣਾ ਮੇਰੇ ਕੋਲ ਆਇਆ, ਮੈਨੂੰ ਮੇਰੇ ਕੋਲ ਘਰ ਆਇਆ ਬੰਦਾ ਮੇਰਾ ਜਿਹੜਾ ਉਹ ਡਾਕਟਰ ਗੁਰਬਖਸ਼ ਉਹਦਾ ਗੁਰਬਖਸ਼ ਜਿਹੜਾ ਉਹਦਾ ਰਿਸਰਚ ਹੈਡ ਆ, ਅਤੇ ਉਹਨੇ ਮੈਨੂੰ ਕਿਹਾ ਵੀ ਤੂੰ ਮੈਨੂੰ ਨਾ ਮਤਲਬ ਗੀਤ ਲਿਖ ਕੇ ਭੇਜ ਦੇ। ਉਹਨਾਂ ਦਿਨਾਂ 'ਚ ਮੇਰੇ ਬ੍ਰਦਰ ਇਟਲੀ ਤੋਂ ਆ ਗਏ ਅਤੇ ਮੈਨੂੰ 1 ਹਫ਼ਤਾ ਲੱਗ ਗਿਆ, ਉਹਨਾਂ ਦੇ ਵਿੱਚੋਂ ਮੈਸੇਜ ਵੀ ਆਉਂਦੇ ਰਹੇ ਅਤੇ ਮੈਂ ਬਹੁਤਾ ਧਿਆਨ ਨਾ ਦਿੱਤਾ। ਫਿਰ ਉਹਨਾਂ ਨੂੰ ਮੈਂ ਗੀਤ ਲਿਖ ਕੇ ਭੇਜਿਆ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਮਤਲਬ ਜਿਹੜਾ ਇਹ ਮਤਲਬ ਤੇਰਾ ਬਹੁਤ ਵਧੀਆ ਗੀਤ ਆ, ਪਰ ਅਸੀਂ ਆਪਣਾ ਰਿਕਾਰਡ ਕਰਾ ਚੁੱਕੇ ਹਾਂ, ਤੂੰ ਲੇਟ ਹੋ ਗਿਆ, ਫਿਲਮ ਲਾਈਨ 'ਚ ਇੱਦਾਂ ਨਹੀਂ ਹੁੰਦਾ, ਇੱਦਾਂ ਅਤੇ ਇੱਦਾਂ ਨਹੀਂ, ਅਤੇ ਉਹ ਗੀਤ ਜਿਹੜਾ ਅੱਜ ਮੇਰਾ ਉਹਦੇ ਵਿੱਚ ਚੱਲਣਾ ਸੀਗਾ। ਅਤੇ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਜਿੱਥੋਂ ਤੀਕਰ ਤੁਹਾਨੂੰ ਬਹੁਤ ਸਾਰੇ ਗੱਲਾਂ ਦੇ ਜਵਾਬ ਮਿਲ ਜਾਣਗੇ, ਮਤਲਬ ਜਿਹੜੀ ਕੁਛ ਸਵਾਲ ਹੋਣਗੇ ਵੀ ਘਰਾਂ ਬਾਰੇ, ਉਹਦੇ ਬਾਰੇ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣਾ। ਕਵਿਤਾ ਕਵਿਤਾ ਗੀਤ ਨਾ ਜਿਹੜੇ ਕਿਰਦਾਰ ਹੁੰਦੇ ਨੇ ਉਹਨਾਂ ਦਾ ਸੁਭਾਅ ਦੱਸਿਆ ਜਾਂਦਾ ਪ੍ਰੋਪਰ,
ਕਿ ਇਹਦੇ ਚ ਕਿਰਦਾਰ ਨੇ ਇਹਨਾਂ ਦਾ ਸੁਭਾਅ ਇਦਾਂ ਦਾ ਹੋਏਗਾ। ਬਾਕੀ ਬਾਕੀ ਮੈਂ ਦੱਸਦਾ ਵੀ ਕੰਮ ਕਰਨ ਦੇ ਮਤਲਬ ਢੰਗ ਕਿੱਦਾਂ ਵਾ। ਮੈਨੂੰ ਚੰਡੀਗੜ੍ਹ ਜਿਹੜੀ ਉਹ ਫਿਲਮ 'ਤੇ ਮੈਂ ਗੀਤ ਲਿਖੇ ਚੰਡੀਗੜ੍ਹ, ਮੈਂ ਸਟੋਰੀ ਵੀ ਨਹੀਂ ਪੜ੍ਹੀ, ਉਹਨਾਂ ਨੇ ਬਹਿ ਕੇ ਬਰੀਫ ਮੈਨੂੰ ਸਟੋਰੀ ਦੱਸੀ, ਸਿਚੁਏਸ਼ਨ ਦੱਸੀ, ਅਤੇ ਮੈਂ ਉਹਨਾਂ ਨੂੰ ਗੀਤ ਲਿਖ ਕੇ ਦੇ ਦਿੱਤੇ। ਹੁਣ ਕੱਲ੍ਹ ਦਰਵੇਸ਼ ਦੇ ਹੁੰਦੇ ਬਾਹਰ ਇੱਕ ਫੋਨ ਆ ਰਿਹਾ ਸੀਗਾ ਮੈਨੂੰ ਵੀ ਅੰਮ੍ਰਿਤਸਰ ਨਾਲ ਉਹ ਪਲੇ ਆ। ਮੈਂ ਪੁੱਛਿਆ ਵੀ ਤੁਹਾਨੂੰ ਦਿੱਕਤ ਕਵਿਤਾ ਵਿੱਚੋਂ ਗੀਤਾਂ ਵਿੱਚ ਆਉਣ ਲਈ ਜਿਹੜੇ ਗੀਤ ਸਿਚੁਏਸ਼ਨ ਤੇ ਲਿਖਦੇ ਹੋ, ਹਾਂ ਹਾਂ, ਉਹਨਾਂ ਨੂੰ ਦਿੱਕਤ ਨਾ? ਮੈਨੂੰ ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ ਹੁੰਦੀ। ਮੈਂ ਉਹ ਕਹਿਣਾ ਚਾਹੁੰਦੇ ਨੇ ਕਵਿਤਾ ਇੱਕ ਵਹਿਣ ਹੈ, ਜਦੋਂ ਆਇਆ ਉਹਨੂੰ ਚਿੱਤਰ, ਹਾਂ ਹਾਂ, ਗੀਤ ਹੈ ਇੱਕ ਸੋਚ ਦਾ ਨਾਂ ਹੈ, ਹਾਂ ਹਾਂ, ਉਹ ਕਿਰਦਾਰਾਂ ਨਾਲ ਮਿਲਦੀ ਹੋਣੀ, ਹਾਂ ਹਾਂ। ਪਰ ਹਾਂ ਮੈਂ ਦੱਸਦਾ, ਇੱਕ ਮਿੰਟ ਮੈਨੂੰ ਦੱਸਦਾ, ਮਤਲਬ ਜਦੋਂ ਹੁਣ ਉਹਨਾਂ ਦਾ ਅੰਮ੍ਰਿਤਸਰ ਜਾਣਾ ਵਾ, ਉਹਨਾਂ ਦੀ ਰਿਹਰਸਲ ਚੱਲ ਰਹੀ ਹੋਣੀ ਹੈ, ਮੈਂ ਉਹਨਾਂ ਨੂੰ ਕਹਿਣਾ ਫਾਈਨਲ ਤੁਸੀਂ ਰਿਹਰਸਲ ਕਰ ਲਓ, ਮੈਂ ਲਾਗੇ ਬਹਿ ਜਾਣਾ ਵਾ, ਮੈਂ ਨੋਟ ਕਰੀ ਜਾਣਾ ਕਿ ਹਾਂ ਇੱਥੇ ਗੀਤ, ਮੇਰੇ ਕੰਮ ਕਰਨ ਦਾ ਤਰੀਕਾ ਮੇਰਾ ਆਪਣਾ, ਮੈਂ ਉਹਨਾਂ ਨੂੰ ਉੱਥੇ ਹੀ ਮਤਲਬ ਉਸੇ ਪਲਾਂ ਦੇ ਵਿੱਚ ਮੈਂ ਪ੍ਰੋਪਰ ਗੀਤ ਲਿਖ ਕੇ ਦੇ ਆਉਣੇ ਆ। ਅਗਲੇ ਦਿਨ ਉਹਦੇ ਜਿਹੜਾ ਗੀਤ ਮੈਂ ਮਤਲਬ ਲਿਖਦਾ ਨਾ, ਜਦੋਂ ਮੇਰੇ ਅੰਦਰ ਉਹਦਾ ਰਿਦਮ ਵੀ ਬਣ ਜਾਣਾ, ਸੁਹਰਿੰਦਰ ਸੋਹਲ ਉਹਦੇ ਗੀਤ ਮੇਰੇ ਗਾਉਂਦਾ ਵਾ ਬਹੁਤ ਸਾਰੇ, ਮੈਂ ਉਹਦੇ ਕੋਲ ਜਾਣਾ ਵਾ, ਉਹਨੂੰ ਟਿਊਨਾਂ ਬਣਾ ਕੇ ਦੱਸ ਦਿੰਦੀ ਹਾਂ ਵੀ ਮੈਂ ਮਤਲਬ ਇੱਦਾਂ ਦੀ ਆਵਾਜ਼, ਇੱਦਾਂ ਦਾ ਆਹ ਚੀਜ਼, ਇਸ ਪਿੱਚ 'ਤੇ ਜਾ ਕੇ ਚਾਹੁੰਦਾ, ਉੱਦਾਂ ਉਹਨਾਂ ਨੂੰ ਗੀਤਾਂ ਨੂੰ ਗਾ ਦਿੰਦਾ। ਬਹੁਤ ਮਿਹਨਤ ਜਿਹੜੇ ਆਪ ਪਹਿਲਾਂ ਫਿਲਮੀ ਗੀਤ ਲਿਖੇ ਗਏ ਨੇ, ਉਹ ਬਾਸ ਉਤਾ ਟਿਊਨ ਜਿਹੜੀ ਦੋਨਾਂ ਨੂੰ ਪਹਿਲਾਂ ਦਿੱਤੀ ਜਾਂਦੀ ਹੈ, ਹੂੰ ਹੂੰ, ਲੇਖਕ ਨੂੰ, ਰਾਈਟਰ ਨੂੰ, ਕਵੀ ਨੂੰ, ਕੀ ਤੁਸੀਂ ਟਿਊਨਾਂ ਬਣੀਆਂ ਬਣਾਈਆਂ ਟਿਊਨਾਂ 'ਤੇ ਵੀ ਕੋਈ ਗੀਤ ਲਿਖਿਆ? ਵੀ ਜਿੱਦਾਂ ਮੈਂ ਮਤਲਬ ਗੀਤ ਲਿਖਿਆ ਨਾ ਉਸ ਫਿਲਮ ਦੇ, ਮੈਂ 4 ਗੀਤ ਲਿਖੇ, ਉਹ ਮੈਨੂੰ ਉਹਨਾਂ ਨੇ ਪਸੰਦ ਕੀਤੇ, ਬਹੁਤ ਪਸੰਦ ਕੀਤੇ, ਪੈਸੇ ਵੀ ਦਿੱਤੇ ਮੈਨੂੰ। ਮੈਨੂੰ ਉਹ ਮੁੜ ਕੇ ਨਾ ਕੁਲਜੀਤ ਮਿਊਜ਼ਿਕ ਵਾਲਾ ਹੈਗਾ ਵਾ ਇਹ ਦਰਵੇਸ਼ ਜਾਣ ਦਾ, ਉਹਦੇ ਸਟੂਡੀਓ 'ਚ ਮੈਨੂੰ ਮਤਲਬ ਜਲੰਧਰ ਲੈ ਗਏ, ਕੁਲਜੀਤ ਨੇ ਮੈਨੂੰ ਕੋਲ ਬਿਠਾ ਕੇ ਪੁੱਛਿਆ ਵੀ ਤੂੰ ਇਹਨੂੰ ਗਾਇਡ, ਮਤਲਬ ਇਹਦੀ ਟਿਊਨ ਦੱਸ ਮੈਨੂੰ। ਮੈਂ ਕਿਹਾ ਮੈਂ ਇਸ ਸੋਚਦਿਆਂ ਮਤਲਬ ਲਿਖਦਿਆਂ ਲਿਖਦਿਆਂ ਮੇਰੇ ਆਹ ਗੱਲ ਆਈ ਮੇਰੇ ਮਨ 'ਚ, ਉਹਨੇ ਉਹਦਾ ਮਿਊਜ਼ਿਕ ਤਿਆਰ ਕਰਤਾ। ਹਾਂ ਮੈਂ ਦੱਸ ਦਿੰਦਾ ਗੀਤ ਦੀ ਟਿਊਨ ਮੈਂ ਹੀ ਬਣਾਉਣਾ ਵਾ, ਜਦੋਂ ਮੇਰੇ ਅੰਦਰ ਆਉਂਦੀ ਨਾ ਤਾਂ ਮੈਂ ਉਹਨਾਂ ਨੂੰ ਦੱਸਦਾ ਵੀ ਇੱਦਾਂ ਲਿਖਿਆ। ਮੈਂ ਤੁਹਾਡੇ ਨਾਲ ਕਵਿਤਾ ਘਰਾਂ ਦੇ ਨਾਲ ਚੱਲਦਿਆਂ ਘਰਾਂ ਨਾਲ ਬਹੁਤ ਕੁੱਝ ਜੁੜਿਆ ਹੁੰਦਾ ਹੈ, ਬਹੁਤ ਕੁੱਝ ਟੁੱਟਦਾ ਵੀ ਹੈ ਘਰਾਂ ਕਰਕੇ। ਘਰਾਂ ਨਾਲ ਬਹੁਤ ਕੁੱਝ ਜੁੜਿਆ ਹੁੰਦਾ ਹੈ, ਬਹੁਤ ਕੁੱਝ ਟੁੱਟਦਾ ਵੀ ਹੈ ਘਰਾਂ ਕਰਕੇ। ਮੈਂ ਅੱਧਾ ਅਧੂਰਾ ਜਿੱਥੇ ਵੀ ਗਿਆ, ਅੱਧ ਪਛੱਤਾ ਘਰ ਵੀ ਮੇਰੇ ਨਾਲ ਰਿਹਾ। ਮੈਂ ਕਿਤੇ ਉਲਟੀ ਬਾਜੀ ਲਾਈ ਤਾਂ ਘਰ ਨੇ ਵੀ ਮੇਰੇ ਨਾਲ ਹੀ ਪੁੱਠੀ ਛਾਲ ਮਾਰੀ। ਕਦੇ ਮੈਂ ਅੱਗੇ ਕਦੇ ਘਰ, ਖੜਾਕ ਸੁਣਦੇ ਇੱਕ ਦੂਜੇ ਦਾ, ਘਰ ਨੂੰ ਆਖਾਂ ਬਦ ਨਸੀਬ ਘਰ ਮੈਨੂੰ। ਤੂੰ ਜਿੱਥੇ ਵੀ ਜਾਵੇਂਗਾ, ਦੇਸ਼ ਸ਼ਾਂਤਰਾਂ ਤੋਂ ਪਾਰ, ਜਿਪਸੀਆਂ ਨਾਲ ਤੁਰਿਆ ਫਿਰ ਭਾਵੇਂ, ਕਾਹਦੇ ਸਾਰੀ ਦੁਨੀਆਂ ਤੇਰੀਆਂ ਨਾੜਾਂ 'ਚ ਖੂਨ ਵਾਂਗ ਤੁਰਾਂਗਾ, ਤੇਰੀਆਂ ਨਾੜਾਂ 'ਚ ਖੂਨ ਵਾਂਗ ਤੁਰਾਂਗਾ। ਮੇਰੀ ਇੱਟ ਤੇਰੇ ਮੱਥੇ ਨਾਲ ਜਾਵੇਗੀ, ਮੇਰੀ ਇੱਟ ਤੇਰੇ ਮੱਥੇ ਨਾਲ ਜਾਵੇਗੀ, ਤੇਰਾ ਪ੍ਰਵਾਸ ਵੀ ਮੇਰੀਆਂ ਹੀ ਨੀਹਾਂ ਤੇ ਖੜੇਗਾ, ਤੇਰਾ ਪ੍ਰਵਾਸ ਵੀ ਮੇਰੀਆਂ ਹੀ ਨੀਹਾਂ ਤੇ ਖੜੇਗਾ। ਇੱਕ ਦੂਜੇ ਦੇ ਵਿਰੋਧ 'ਚ ਭੱਜਦੇ, ਦੂਰ ਦਿਸ਼ਾਵਾਂ ਵੱਲ ਜਾਂਦੇ, ਮੁੱਕਰਦੇ ਇੱਕ ਦੂਜੇ ਦੀ ਭਾਸ਼ਾ ਤੋਂ, ਅਚਨਚੇਤ ਮਿਲ ਫਿਰਦੇ ਫਿਰ ਕਿਸੇ ਮੋੜ ਤੇ, ਅੱਖ ਮਿਲਦੀ ਧੀਮੀ ਗਤੀ 'ਚ ਤੁਰਦੇ ਨਾਲ ਨਾਲ, ਧੀਮੇ ਗੋਲਾਂ ਨਾਲ ਸੁਣਦੇ, ਕੋਸ਼ਿਸ਼ ਕਰਦੇ ਸਮਝਣ ਦੀ ਕਿ ਕਿੱਥੇ ਰਹਿ ਗਈ ਹੈ ਕੋਈ ਗੱਲ, ਵਿੱਥ ਵਿੱਚ ਕੀ ਪਿਆ ਝੀਠਾਂ 'ਚ ਝਾਕ। ਮੇਰਾ ਅੱਧਾ ਹਿੱਸਾ ਬਾਹਰ ਗਲੀ ਦੇ ਖੜਾ, ਮੇਰਾ ਅੱਧਾ ਹਿੱਸਾ ਬਾਹਰ ਗਲੀ ਦੇ ਖੜਾ, ਅੱਧਾ ਕਮਰੇ 'ਚ ਬੀਵੀ ਪੂਰੀ ਦੀ ਪੂਰੀ ਮੇਰੇ ਨਾਲ ਪਈ, ਕਿਵੇਂ ਮੇਜ ਆਵੇ ਅੱਧਾ ਪੂਰੇ, ਕਿਵੇਂ
ਮੇਜ ਆਵੇ ਅੱਧਾ ਪੂਰੇ ਦੇ ਕਮਰੇ ਚ ਤੁਰ ਫਿਰ ਰਹੇ ਨੇ ਪਰਛਾਵੇਂ ਦੱਬੀ ਹੋਈ ਸਿਸਕੀ ਘਰ ਨੂੰ ਹੋਰ ਦੱਬੇ ਇੱਕ ਦੂਜੇ ਦੇ ਆਲਣੇ ਚ ਪਿੰਡੇ ਠਾਰ ਇੱਕ ਦੂਜੇ ਦੇ ਆਲਣੇ ਚ ਪਿੰਡੇ ਠਾਰਦੇ ਇੱਟਾਂ ਚ ਕੀ ਤੁਖੇ ਪਿਤਾ ਛੱਤ ਤੇ ਖੜਿਆ ਵਰੇ ਗਿਣਦਾ ਮਾਂ ਹਾਲ ਪੁੱਛੇ ਡੂੰਘਾ ਵੇਖੇ ਮੇਰੇ ਵਾਲੇ ਅੱਧਾ ਬੰਦਾ ਕੀ ਬੋਲੇ ਕਿੱਥੋਂ ਬੋਲੇ ਕਿਹੜੀ ਗੁੱਲੀ ਬੋਲੇ ਮੇਰੀ ਆਪਣੀ ਤਕਲੀਫ ਤੇ ਕਿਸੇ ਦੀ ਫੁੱਟ ਚੜੀ ਆਤਮਾ ਦੀਆਂ ਭੇਦ ਭਰੀਆਂ ਗੁੱਝੀਆਂ ਗੱਲਾਂ ਸਾਂਭ ਕੇ ਇੱਕ ਦੂਜੇ ਵੱਲ ਪਿੱਠ ਕਰਕੇ ਸੌਂ ਜਾਂਦੇ ਸਾਰੇ ਘਰ ਦੀ ਪਿੱਠ ਸਾਰਿਆਂ ਜਾਗਦੇ ਸਰੀਰਾਂ ਵਿਚਕਾਰ ਸਨਾਟਾ ਸੌਵੇ ਬੜੀ ਤਮੀਜ਼ ਨਾਲ ਪਏ ਨੇ ਜਿਸ ਨੂੰ ਸਾਰੇ ਘਰ ਔਖੇ ਸਾਹ ਭਰੇ ਇੱਕ ਦੂਜੇ ਦੇ ਦਰਦ ਚ ਸਾਹ ਭਰ ਸਾਰੇ ਸਾਰਾ ਹਨੇਰਾ ਸਾਂਭ ਕੇ ਮੈਂ ਜਾਗਾਂ ਸੁੱਤੀਆਂ ਅੱਖਾਂ ਨਾਲ ਨਾ ਜੋ ਨਾ ਭੋਗ ਉਖੜੇ ਧਿਆਨਾਂ ਚ ਜਾਗਣ ਅੰਗ ਤੁਰਾ ਗਿੜੇ ਗਿੜੇ ਘਰ ਘਰ ਦਾ ਕੁੱਖ ਛੇਤਰ ਛੱਡ ਕੇ ਕਿੱਥੇ ਜਾਣਾ ਹੁੰਦਾ ਹੈ ਨੀਹਾਂ ਵਿੱਚ ਹੀ ਕਿਤੇ ਦੱਬੀ ਹੁੰਦੀ ਹੈ ਠਾਰ ਮਤਲਬ ਹੁਣ ਜਿਹੜਾ ਸਵਾਲ ਸੀ ਨਾ ਪਤਨੀ ਦਾ ਮਤਲਬ ਮੈਂ ਗੱਲ ਕਰਦਾ ਵਾਂ ਵੀ ਮੈਂ ਮੇਰੀ ਇੱਕ ਭਟਕਣ ਮੇਰੀ ਪਿਆਸ ਇੱਕ ਵੱਖਰੀ ਗੱਲ ਆ ਪਰ ਮਤਲਬ ਅੰਦਰੋਂ ਮੈਂ ਘਰ ਮੇਰੇ ਨਾਲ ਇੱਦਾਂ ਜੁੜਿਆ ਹੋਇਆ ਅਤੇ ਮੈਨੂੰ ਲੱਗਦਾ ਕਿ ਮੈਨੂੰ ਘਰ ਮੇਰਾ ਇੱਦਾਂ ਕਰ ਰਿਹਾ ਮੇਰਾ ਪਿਓ ਮੇਰੀ ਮਾਂ ਮੇਰੇ ਬੱਚੇ ਮੈਨੂੰ ਕਹਿ ਰਹੇ ਵੀ ਕਿੱਥੇ ਜਾਏਗਾ ਤੂੰ ਸਾਨੂੰ ਛੱਡ ਕੇ ਜੇ ਤੂੰ ਤੇਰਾ ਪ੍ਰਵਾਸ ਮਤਲਬ ਸਾਡੀਆਂ ਨੀਹਾਂ ਦੇ ਹੇਠ ਹੀ ਠਹਿਰੂਗਾ ਮੈਨੂੰ ਯਾਦ ਆ ਮੈਂ ਇੱਕ ਦਿਨ ਬਾਹਰ ਗਿਆ ਦੋ ਤਿੰਨ ਸਾਲ ਉਦੋਂ ਗਏ ਨੂੰ ਹੋਏ ਸੀਗੇ ਅਤੇ ਮੈਂ ਮਤਲਬ ਉੱਥੇ ਥੱਕਾ ਟੁੱਟਿਆ ਬੰਦਾ ਆ ਕੇ ਪੈਗ ਲਾਉਂਦਾ ਲਾਇਆ ਮਾਂ ਨੂੰ ਫੋਨ ਕੀਤਾ ਵੀ ਮਾਂ ਮੈਂ ਨਾ ਇੱਥੇ ਨਹੀਂ ਰਹਿਣਾ ਚਾਹੁੰਦਾ ਮੈਂ ਵਾਪਸ ਆਉਣਾ ਚਾਹੁੰਦਾ ਮੈਂ ਤੇਰੇ ਪੈਰਾਂ 'ਚ ਰਹਿਣਾ ਚਾਹੁੰਦਾ ਅਤੇ ਉਹਨੇ ਕਿਹਾ ਵੀ ਜੇ ਤੂੰ ਇਹੋ ਹੀ ਗੱਲ ਕਹਿੰਦਾ ਇੱਕ ਅਨਪੜ੍ਹ ਮਾਂ ਮਤਲਬ ਜ਼ਿੰਦਗੀ ਦੀ ਭੱਠੀ 'ਚੋਂ ਤੱਪ ਕੇ ਆਏ ਉਹਦੇ ਬੋਲ ਵੀ ਜੇ ਤੂੰ ਮਤਲਬ ਮੈਂ ਉਹਨੂੰ ਕਿਹਾ ਮੈਂ ਤੇਰੇ ਪੈਰਾਂ ਕੋਲ ਰਹਿਣਾ ਚਾਹੁੰਦਾ ਜੇ ਤੂੰ ਮੇਰੇ ਪੈਰਾਂ ਕੋਲ ਹੀ ਰਹਿਣਾ ਚਾਹੁੰਦਾ ਤਾਂ ਮੇਰੇ ਪੈਰ ਤਾਂ ਇਟਲੀ 'ਚ ਵੀ ਫਿਰ ਗਏ ਆ ਫਿਰ ਮੈਨੂੰ ਮਤਲਬ ਭੁੱਲਰ ਹੋਣਾ ਨੇ ਸਵਾਲ ਕੀਤਾ ਵੀ ਤੂੰ ਵਾਪਸ ਕਿਉਂ ਆ ਗਿਆ ਯਕੀਨ ਕਰਿਓ ਮੈਂ ਮਤਲਬ ਇੰਨੇ ਸਾਲ ਰਹਿਣ ਤੋਂ ਬਾਅਦ ਮੇਰੀ ਇਲੀਜੀਬਿਲਟੀ ਹੋ ਗਈ ਮੈਂ ਪਾਸਪੋਰਟ ਇਟਾਲੀਅਨ ਲੈਣਾ ਸੀ ਅਪਲਾਈ ਕਰਨਾ ਸੀਗਾ ਮੈਂ ਸੋਚਦਾ ਰਿਹਾ ਮੈਂ ਇੱਕ ਦਿਨ ਫੈਸਲਾ ਕਰ ਲਿਆ ਵੀ ਮੈਂ ਨਹੀਂ ਰਹਿਣਾ ਇੱਥੇ ਮੈਂ ਆਪਣੇ ਮਾਂ ਪਿਓ ਕੋਲ ਜਾਣਾ ਮੈਂ ਛੱਡ ਕੇ ਆ ਗਿਆ ਮੈਂ ਫਿਰ ਵਾਪਸ ਚਲ ਗਿਆ ਫਿਰ ਆ ਗਿਆ ਫਿਰ ਚਲੇ ਗਿਆ ਮਤਲਬ ਘਰ ਦੀ ਗੱਲ ਆ ਨਾ ਬੰਦਾ ਘਰ 'ਚ ਮੈਂ ਹਮੇਸ਼ਾ ਮੇਰੀ ਪ੍ਰੋਬਲਮ ਇਹ ਰਹੀ ਆ ਮੇਰੀ ਕਵਿਤਾ ਦੀ ਅਤੇ ਮੇਰੀ ਕਿਉਂ ਮੇਰੀ ਸ਼ਖਸੀਅਤ ਜਿੱਦਾਂ ਦੀ ਹੈਗੀ ਮੈਂ ਘਰ ਤੋਂ ਹੀ ਭੱਜਦਾ ਰਿਹਾ ਹਮੇਸ਼ਾ ਕਿਉਂਕਿ ਮੇਰੇ ਘਰ 'ਚ ਵਿਰੋਧ ਹੋਇਆ ਮੇਰਾ ਇੱਕ ਗੱਲ ਨੂੰ ਘਰਾਂ ਦੇ ਕੌਨਸੈਪਟ ਮੇਰੇ ਲਈ ਬਦਲ ਗਏ ਮੈਂ ਘਰ 'ਚੋਂ ਭੱਜਾ ਅਤੇ ਫਿਰ ਘਰ 'ਚ ਹੀ ਆ ਕੇ ਵੱਜਿਆ ਘਰ ਤੋਂ ਭੱਜਦਾ ਰਿਹਾ ਘਰ 'ਚ ਹੀ ਆ ਕੇ ਵੱਜਦਾ ਰਿਹਾ ਮੈਂ ਮਤਲਬ ਫੈਸਲਾ ਕਰਕੇ ਵਾਪਸ ਆ ਗਿਆ ਮੈਂ ਇੱਥੇ ਮੈਨੂੰ ਇੱਕ ਹੋਸਪਿਟਲ ਨੇ ਨਾ ਮਤਲਬ PRO ਦੀ ਜੋਬ 'ਚ ਮੈਨੂੰ ਹਾਇਰ ਕਰ ਲਿਆ ਅਤੇ ਉਹਨਾਂ ਨੇ ਮੈਨੂੰ ਸਾਰੀਆਂ ਸਹੂਲਤਾਂ ਦਿੱਤੀਆਂ 50,000 ਰੁਪਈਆ ਮਹੀਨਾ ਮਤਲਬ ਮੈਨੂੰ ਕਹਿੰਦੇ ਤੂੰ ਕਿੰਨਾ ਕੁ ਲੈਣਾ ਚਾਹੁੰਦਾ ਵਾ ਮੈਂ ਕਿਹਾ ਚੱਲੇ ਮੈਂ ਇੰਨਾ ਕੁ ਕੰਮ ਹੀ ਨਹੀਂ ਕਰਨਾ ਚਾਹੁੰਦਾ ਮੈਂ ਕਿਹਾ 50,000 ਰੁਪਈਆ ਚਲੋ 50,000 ਰੁਪਈਆ ਉਹਨਾਂ ਨੇ ਮੈਨੂੰ ਮਤਲਬ 6 ਮਹੀਨੇ ਦੇ ਪੈਸੇ ਵੀ ਐਡਵਾਂਸ ਦੇ ਦਿੱਤੇ ਮੈਨੂੰ ਅਤੇ ਕੋਈ ਕੰਮ ਨਹੀਂ ਮੈਨੂੰ ਬੈਠੇ ਰਹਿਣਾ ਸਾਰਾ ਦਿਨ ਉਹਨਾਂ ਦੇ ਕੰਮ ਛੋਟੇ ਮੋਟੇ ਮੈਡੀਕਲ ਕੈਂਪ ਅਰੇਂਜ ਕਰਨੇ ਲੋਕਾਂ ਨਾਲ ਗੱਲਬਾਤ ਕਰਨੀ ਫਿਰ ਕੀ ਹੋਇਆ ਵੀ ਫਿਰ ਮੈਂ ਆਪਣੇ ਆਪ 'ਚ ਇੱਕ ਫੈਸਲਾ ਮਤਲਬ ਕੀਤਾ ਵੀ ਮੈਂ ਤਾਂ ਯੂਰਪ 'ਚ ਹੀ ਬੈਠਾ ਹੋਇਆ ਆਪਣਾ ਘਰ 'ਤੇ ਮਤਲਬ ਘਰ ਛੱਡਿਆ ਮਾਮਾ ਪਿਓ ਕੋਲ ਰਹਿਣਾ ਚਾਹੁੰਦਾ ਮੈਂ ਫਿਰ ਉਹ ਇੱਕ ਦਿਨ ਉਹ ਵੀ ਸਾਰਾ ਕੁਝ ਛੱਡ ਕੇ ਫਿਰ ਆਪਣੇ ਘਰ ਆ ਗਿਆ ਅਤੇ ਮੈਨੂੰ ਹੁਣ ਆਪਣੇ ਮਾਂ ਪਿਓ ਕੋਲ ਰਹਿ ਕੇ ਘਰ ਰਹਿ ਕੇ ਮੈਨੂੰ ਬਹੁਤ ਵਧੀਆ ਲੱਗਦਾ
ਅਤੇ ਮੈਂ ਕਹਿੰਦਾ ਵੀ ਚਲੋ ਜਿੰਨੀ ਦੇਰ ਉਹਨਾਂ ਦੀ ਛਾਂ ਮੈਨੂੰ ਮਿਲਦੀ ਹੈ ਮੈਂ ਹੰਢਾਵਾਂ ਅਤੇ ਮੈਂ ਹੋਰ ਵਧੀਆ ਮਹਿਸੂਸ ਕਰੂੰਗਾ। ਜਿੱਥੋਂ ਤੀਕਰ ਗੀਤ ਦੀ ਗੱਲ ਆਪਾਂ ਕਰ ਰਹੇ ਨਾ, ਮਤਲਬ ਮੈਂ ਪ੍ਰਦੇਸ਼ ਵਿੱਚ ਰਹਿ ਕੇ ਮਤਲਬ ਤੁਹਾਨੂੰ ਮਤਲਬ ਕੁਛ ਗੀਤ ਲਿਖੇ, ਮੈਂ ਬਹੁਤ ਗੀਤ ਲਿਖੇ, ਮੈਂ ਤੁਹਾਨੂੰ ਇੱਕ ਗੀਤ ਉਹਨਾਂ 'ਚੋਂ ਸਾਂਝਾ ਕਰਦਾ ਵਾਂ। ਹੋ ਕੇ ਪਰਦੇਸੀ ਅਸੀਂ ਕਿੰਨਾ ਕੁਝ ਚਰ ਗਏ, ਹੋ ਕੇ ਪਰਦੇਸੀ ਅਸੀਂ ਕਿੰਨਾ ਕੁਝ ਚਰ ਗਏ, ਕਿਤੇ ਅਸੀਂ ਠਰ ਗਏ ਕਿਤੇ ਅਸੀਂ ਮਰ ਗਏ। ਅੱਧੀ ਅੱਧੀ ਰਾਤੀ ਸਾਨੂੰ ਕੌਣ ਵਾਜਾਂ ਮਾਰਦਾ, ਅੱਧੀ ਅੱਧੀ ਰਾਤੀ ਸਾਨੂੰ ਕੌਣ ਵਾਜਾਂ ਮਾਰਦਾ, ਲੱਗਦਾ ਏ ਇਹ ਤਾਂ ਹੋਕਾ ਸਾਡੇ ਕਿਸੇ ਯਾਰ ਦਾ। ਅੰਬੀਆਂ ਦੀ ਛਾਵਾਂ ਵਾਲੇ ਤੋਤੇ ਸਾਡੇ ਮਰ ਗਏ, ਹੋ ਕੇ ਪਰਦੇਸੀ ਅਸੀਂ ਕਿੰਨਾ ਕੁਝ ਚਰ ਗਏ। ਕਿੱਦਾਂ ਦੀ ਹੈ ਦੌੜ ਸਾਨੂੰ ਸਮਝ ਨਾ ਆਈਏ, ਆਪਣੀ ਪਛਾਣ ਅਸੀਂ ਆਪੇ ਹੀ ਭੁਲਾਈਏ। ਘਰਾਂ ਨੂੰ ਬਣਾਉਣ ਵਾਲੇ ਮੁੜ ਕੇ ਨਾ ਕਰ ਗਏ, ਹੋ ਕੇ ਪਰਦੇਸੀ ਅਸੀਂ ਕਿੰਨਾ ਕੁਝ ਚਰ ਗਏ। ਬੇਗਾਨੀ ਮਿੱਟੀ ਵਿੱਚ ਕਿੱਥੇ ਖੁਸ਼ ਹੋਈਏ, ਲੱਗਦਾ ਏ ਮਾਂ ਅੱਜ ਅੱਖ ਤੇਰੀ ਰੋਈਏ। ਹਾਰਿਆਂ ਦੇ ਦੇਸ਼ ਵਿੱਚ ਹਾਰਿਆਂ ਤੋਂ ਹਾਰ ਗਏ, ਹੋ ਕੇ ਪਰਦੇਸੀ ਅਸੀਂ ਕਿੰਨਾ ਕੁਝ ਚੱਕ ਗਏ।